ਮੈਂ ਜਾਣਦੀ ਆ ਪੁੱਤ, ਨੰਦਾ ਮੇਰੀ ਬਥੇਰਾ ਸੀ ਇਕੱਠੀਆਂ ਨੇ ਕੱਟਿਆ ਗਾ। ਆ ਸਕਦੀ ਆ ਤਾਰੀ, ਹੈਗਾ ਇੱਕ ਤਰੀਕਾ ਮੇਰੇ ਕੋਲੇ। ਆਪਣੇ ਵਿਆਹ ਤੋਂ ਬਾਅਦ ਨਾ ਭੂਆ ਕੇ ਤੁਹਾਡੇ ਦੰਦੀਆਂ ਵੜਦੀ ਆ। ਜੇ ਭੂਆ ਉਰੇ ਬੈਠੀ ਹੈ ਨਾ ਤਾਂ ਹੀ ਇੱਥੇ ਤੱਕ ਸੰਭਲੇ ਹੋਏ ਹੋ ਤੁਸੀਂ। ਨਾਲੇ ਮੈਂ ਕਿਉਂ ਭੇਜਿਆ ਵੀ ਅਰਲੀ ਨੂੰ, ਬੁਲਾਇਆ ਤਾਂ ਤੁਸੀਂ, ਤੁਸੀਂ ਕਹਿ ਦੋ ਜਾ ਕੇ ਵੀ ਬਗ ਜਾ ਸਾਡੇ ਘਰੋਂ। ਤੂੰ ਦੀਆਂ ਗੱਲਾਂ ਛੱਡ, ਤੂੰ ਇਹ ਦੱਸ ਜਦ ਤੂੰ ਗਈ ਤੀ ਲੱਕੜੀ ਤੇ ਹੈਗੀ ਤੀ ਉੱਥੇ, ਕਿੱਦੂ ਪਹਿਲੀ ਵਗ ਗਈ ਤੀ? ਚੜੇਂਗੀ ਭੂਆ, ਛੱਡਦੀ ਨਹੀਂ ਹੈਗੀ ਤੂੰ, ਉੱਜੜ ਜਾ ਕਰੀ ਜਾਂਦੀ ਹੈ। ਅੰਦਰ ਨਹੀਂ ਹੈਗੀ, ਉਹ ਤਾਂ ਚਲੀ ਗਈ ਹੁਣ। ਕਿੱਥੇ ਵਗ ਗਈ? ਐਂ ਤਾਂ ਮੈਨੂੰ ਦੱਸ ਕੇ ਨਹੀਂ ਗਈ। ਬੂ ਮੈਂ ਮਰ ਜਾ, ਨਾ ਗਈ ਤੇ ਕਿੱਥੇ ਫਿਰ, ਐਂ ਤਾਂ ਪਤਾ ਹੀ ਹੋਊ ਤੈਨੂੰ। ਮੈਂ ਬਹੁਤ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਦੱਸਿਆ ਨਹੀਂ ਉਹਨੇ ਕੁਛ ਵੀ ਜਾਣਾ ਕਿੱਥੇ ਆ ਉਹਨੇ। ਮੈਂ ਤਾਂ ਉਹਨੂੰ ਕਿਹਾ ਸੀ ਜੇ ਨਹੀਂ ਕੰਮ ਮਿਲਦਾ ਤੂੰ ਇੱਥੇ ਰਹਿ, ਚੁੱਪ ਕਰਕੇ ਕੋਈ ਹੋਰ ਕੰਮ ਮਿਲ ਜੂਗਾ। ਤੂੰ ਮੈਨੂੰ ਸੁਨੇਹਾ ਭੇਜ ਦਿੰਦੀ, ਮੈਂ ਕਾਹਨੂੰ ਉਹਨੂੰ ਜਵਾਕੜੀ ਨੂੰ ਜਾਣ ਦਿੰਦੀ, ਮੈਂ ਆਪ ਉਹਦੇ ਕੋਲੇ ਆਉਂਦੀ, ਕੋਈ ਹੋਰ ਸਾ ਉਹਦੇ ਕੰਮ ਦਾ ਹੀਲਾ ਕਰ ਦਿੰਦੇ। ਕੋਈ ਨਾ, ਜੇ ਧੱਕੇ ਮਾਰ ਕੇ ਬਾਹਰ ਕੱਢਤਾ ਫਿਰ ਕੀ ਹੋ ਗਿਆ? ਆਪਣਾ ਪਿਆਰ ਤਾਂ ਹੈਗਾ ਨਾ, ਨਾਲੇ ਸਿਆਣੇ ਕਹਿੰਦੇ ਨੀ ਜੇ ਪੱਥਰ ਤੇ ਰੋਜ਼ ਬੂੰਦ ਪਈ ਚੱਲੇ ਨਾ ਤਾਂ ਉਹ ਪੱਥਰ ਨੂੰ ਵੀ ਪਾੜ ਦਿੰਦੀ ਹੈ। ਅੱਜ ਨਹੀਂ ਤਾਂ ਕੱਲ੍ਹ ਮੈਂ ਮਾਣੂ ਮਨਾ ਹੀ ਲਊਂਗਾ। ਪਰ ਲਾਪੀ ਤੂੰ ਇੱਕ ਗੱਲ ਦੱਸ, ਤੂੰ ਦੁਬਾਰੇ ਨਹੀਂ ਘਰੇ ਆ ਸਕਦੀ? ਕੁਛ ਵੀ ਹੋ ਜੇ, ਘਰਦਿਆਂ ਨੂੰ ਕੁਛ ਵੀ ਸੱਚ ਨਹੀਂ ਦੱਸਣਾ ਲੱਗਦੀ ਤਾਂ। ਘਰਦਿਆਂ ਨੂੰ ਸਿਰਫ ਇਹ ਕਹਿਣਾ ਵੀ ਸੁਵਿਧਾ ਸੈਂਟਰ 'ਚ ਨਾ 2-3 ਦਿਨਾਂ ਦੀਆਂ ਛੁੱਟੀਆਂ ਹੋ ਗਈਆਂ ਤਾਂ ਹੀ ਮੈਂ ਘਰ ਆਈ ਹਾਂ। ਮੇਰਾ ਪੁੱਤ ਆ ਗਿਆ ਵੇ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਪੁੱਤ, ਸਤਿ ਸ਼੍ਰੀ ਅਕਾਲ। ਕਿਵੇਂ ਹੋ? ਠੀਕ ਆ ਪੁੱਤ, ਬਸ ਵਧੀਆ। ਤੂੰ ਦੱਸ ਮੇਰੇ ਰਾਜੇ। ਹਾਂ ਬਾਪੂ ਜੀ, ਮੈਂ ਵੀ ਠੀਕ ਆ। ਤੁਹਾਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਸੀ। ਮੈਂ ਕਿਹਾ ਮੈਂ ਘਰੇ ਜਾਇਆ ਮੈਂ 2-3 ਲਾਇਆ ਮੈਂ ਤੈਨੂੰ, ਮੈਨੂੰ ਛੁੱਟੀਆਂ ਸੀ ਵੋਟਾਂ ਕਰਕੇ ਹੁਣ। ਚੱਲ ਪੁੱਤ, ਫਿਰ ਤਾਂ ਤੂੰ ਬੜਾ ਵਧੀਆ ਕੀਤਾ। ਮੈਂ ਤਾਂ ਆਪ ਸੋਚੀ ਜਾਂਦਾ ਸੀਗਾ ਵੀ ਚੱਲ ਕੁੜੀ ਆ ਜੇ। ਬੇਬੇ ਤੇ ਜਸ਼ਨ? ਭਾਈ ਜਸ਼ਨ ਤਾਂ ਅੰਦਰ ਹੀ ਹੈਗਾ। ਜਸ਼ਨ ਓਏ, ਉਹ ਪਾਣੀ ਲੈ ਤੇਰੀ ਭੈਣ ਵਾਸਤੇ। ਚੱਲ ਕੋਈ ਨਾ ਬਾਪੂ ਜੀ, ਆ ਹੁਣ ਮੀਂਹ ਚੋਂ ਭਿੱਜ ਕੇ ਆਈ ਆ ਮੈਂ ਵੀ। ਮੀਂਹ ਵਾਲਾ ਤਾਂ ਪੁੱਤ ਰੱਬ ਨੇ ਵਧੀਆ ਕੀਤਾ, ਬਾਹਲੀ ਗਰਮੀ ਹੋਈ ਪਈ ਸੀ। ਹਾਂਜੀ ਬਾਪੂ ਜੀ, ਉਹ ਤਾਂ ਹੈ, ਤੁਸੀਂ ਬਾਹਰ ਹੀ ਪੈ ਗਏ, ਮੀਂਹ 'ਚ ਅੰਦਰ ਪੈ ਜਾਂਦੇ। ਉਹ ਪੁੱਤ ਲਾਈਟ ਹੈ ਨਹੀਂ ਸੀ, ਨਾਲੇ ਆਪਣਾ ਨਾ ਬਰਾਂਡੇ ਵਾਲਾ ਪੱਖਾ ਖਰਾਬ ਹੋ ਗਿਆ। ਅੱਛਾ, ਹੋਰ ਪੁੱਤ? ਬਾਪੂ ਜੀ ਫਿਰ ਤੁਸੀਂ ਕੂਲਰ ਲਾ ਕੇ ਪੈ ਜਾਂਦੇ। ਉਹ ਪੁੱਤ ਕੂਲਰ ਕਿਵੇਂ ਲਾ ਲਾਂ, ਕੂਲਰ ਜੇ ਲਾਉਂਦੇ ਹਾਂ ਬਿੱਲ ਬਾਹਲਾ ਆਉਂਦਾ ਹੈਗਾ, ਮੈਂ ਤਾਂ ਘਰੇ ਬੈਠਾ ਕੰਮ ਤੋਂ। ਕੰਮ ਤੋਂ ਘਰੇ ਬੈਠੇ ਹੋ, ਕਿਉਂ? ਉਹ ਪੁੱਤ ਜੇ ਕੋਈ ਦਿਹਾੜੀ ਲੱਗੀ ਨਹੀਂ, ਕਿਸੇ ਪਾਸੇ ਕੰਮ ਮਿਲਿਆ ਨਹੀਂ, ਤਾਂ ਹੀ ਤਾਂ ਤੇਰੀ ਮਾਂ ਵਿਚਾਰੀ ਉਹ ਸਬਜ਼ੀ ਤੋੜਨ ਜਾਂਦੀ ਆ, ਉਹ ਨਹਿਰੋਂ ਪਾਰ ਵਾਲੇ ਖੇਤ ਨਹੀਂ ਹੈਗੇ ਜ਼ਿਮੀਂਦਾਰਾਂ ਦੇ। ਓਹੋ ਬਾਪੂ ਜੀ, ਤੁਸੀਂ ਬੇਬੇ ਨੂੰ ਸਬਜ਼ੀ ਤੋੜਨ ਕਿਉਂ ਭੇਜਦੇ ਹੋ? ਤੁਹਾਨੂੰ ਪਤਾ ਨਾ ਦਿਲ ਦੀ ਮਰੀਜ਼ ਹੈ। ਉਹ ਪੁੱਤ ਉਹ ਤਾਂ ਠੀਕ ਹੈ, ਹੁਣ ਮੈਂ ਪੁੱਤ ਕਰਾਂ ਤਾਂ ਕਰਾਂ ਕੀ? ਉਹਨਾਂ ਨੇ ਟਾਈਮ ਸਿਰ ਦਵਾਈ ਵੀ ਨਹੀਂ ਲੈਣੀ, ਮੈਨੂੰ ਉਹਨਾਂ ਦਾ ਚੰਗੀ ਤਰ੍ਹਾਂ ਪਤਾ ਹੈ, ਤੁਸੀਂ ਨਾ ਭੇਜਿਆ ਕਰੋ। ਉਹ ਪੁੱਤ ਬਸ ਮੈਂ ਹੁਣ ਕੀ ਕਰਾਂ, ਮੇਰੇ ਕਿਹੜਾ ਹੁਣ ਸਾਰੇ ਹੈ, ਤੈਨੂੰ ਪਤਾ ਤਾਂ ਹੈ ਆਪਣੇ ਤਾਂ ਗਰੀਬਾਂ ਤੇ ਜਦੋਂ ਮਾਰ ਪੈਂਦੀ ਹੈ। ਹੁਣ ਦੇਖ ਪੱਖਾ ਖਰਾਬ ਹੋ ਗਿਆ, ਮੈਂ ਕੰਮ ਤੋਂ ਬੈਠਾ, ਘਰੇ ਖਰਚ ਤੈਨੂੰ। ਬਾਪੂ ਜੀ ਤੁਸੀਂ ਕਿਉਂ ਚਿੰਤਾ ਕਰਦੇ ਹੋ, ਤੁਹਾਡੀ ਧੀ ਹੈਗੀ ਹੈ ਕਮਾਉਣ ਵਾਲੀ। ਉਹ ਐਂ ਤਾਂ ਪੁੱਤ ਠੀਕ ਹੈ, ਮੈਨੂੰ ਤੇਰੇ ਤੇ ਤਾਂ ਪੂਰਾ ਹੋਇਆ, ਹੁਣ ਪੁੱਤ ਸਾਰਾ ਦਿਨ ਅਸੀਂ ਤੈਨੂੰ ਵੀ ਕਿੰਨਾ ਕੁ ਤੰਗ ਕਰੀ ਜਾਈਏ, ਇੱਕ ਤਾਂ ਤੂੰ ਉੱਥੇ ਕੰਮ ਕਰਦੀ ਹੈ। ਤੰਗ ਕਰਨ ਵਾਲੀ ਕੋਈ ਗੱਲ ਨਹੀਂ ਬਾਪੂ ਜੀ, ਹੁਣ ਦੇਖੋ ਮੈਨੂੰ ਠੇਕੇ ਤੇ ਰੱਖਿਆ ਹੋਇਆ ਸੁਵਿਧਾ ਕੇਂਦਰ 'ਚ, ਸ਼ਾਇਦ 2-3 ਮਹੀਨੇ ਨੂੰ ਨਾ ਮੈਨੂੰ ਪੱਕਾ ਹੀ ਕਰ ਦੇਣਗੇ। ਚਲੋ ਫਿਰ ਤਾਂ ਪੁੱਤ ਬਾਹਲੀ ਖੁਸ਼ੀ ਦੀ ਗੱਲ ਹੈ, ਜੇ ਤੈਨੂੰ ਪੱਕਾ ਕਰ ਦੇਣ ਫਿਰ ਤਾਂ ਆਪਣੇ ਸਾਰੀ ਗਰੀਬੀ ਕੱਟੀ ਜਾਊ। ਉਹ ਲਿਆ ਮੁੰਡਾ ਪਾਣੀ ਓਏ। ਸਤਿ ਸ਼੍ਰੀ ਅਕਾਲ ਜਸ਼ਨ।
ਪਾਣੀ ਦੀ ਤਾਂ ਕੀ ਲੋੜ ਸੀ, ਮੈਸੀ ਵੀ ਮੈਂ ਮੀਂਹ 'ਚ ਭਿੱਜ ਕੇ ਆਈ ਸੀ, ਹੁਣ ਠੰਡੀ ਹੋ ਗਈ। ਉਹ ਚੱਲ ਪੁੱਤ, ਹੁਣ ਤੂੰ ਦੂਰੋਂ ਤੁਰ ਕੇ ਆਈ ਹੈਗੀ। ਜਸ਼ਨ, ਤੂੰ ਬੇਬੇ ਨੂੰ ਕਿਉਂ ਜਾਣ ਦਿੰਦਾ ਸਬਜ਼ੀ ਤੋੜਨਾ? ਤੈਨੂੰ ਪਤਾ ਨਾ ਉਹਦੀ ਦਵਾਈ ਚੱਲਦੀ ਹੈ, ਟਾਈਮ ਸਿਰ ਦਵਾਈ ਵੀ ਨਹੀਂ ਲੈਣੀ ਉਹਨੇ। ਜੀ ਮੇਰੀ ਗੱਲ ਕਰੀ ਮੰਨੇ ਤਾਂ ਹੀ ਆ ਭਾਈ। ਤੈਨੂੰ ਮੈਂ ਦੱਸਦਾ ਪੁੱਤ, ਗੁੜ ਵੀ ਮੁੱਕਿਆ ਪਿਆ ਸੀ, ਹੋਰ ਰਾਸ਼ਨ ਮੁੱਕਿਆ ਪਿਆ ਸੀ। ਹੁਣ ਉਹ ਦੱਸ, ਇਹਨੂੰ ਹੁਣ ਕਿਵੇਂ ਭੁੱਖਾ ਪਾਈਏ ਜਾਂ ਅਸੀਂ ਕਿਵੇਂ ਭੁੱਖੇ ਪਈਏ? ਬਾਪੂ ਜੀ, ਉਹ ਮੈਂ ਆਉਣ 10-15 ਦਿਨ ਪਹਿਲਾਂ 7500 ਰੁਪਈਆ ਬੇਬੇ ਨੂੰ ਫੜਾ ਕੇ ਤਾਂ ਗਈ ਸੀ, ਉਹ ਕਿੱਧਰ ਗਿਆ? ਹੁਣ ਪੁੱਤ ਤੈਨੂੰ ਕੀ ਦੱਸੀਏ, ਕਿੱਧਰ ਕਿੱਧਰ ਖਰਚੇ ਪੂਰੇ ਕਰੇ ਨੇ। ਬਾਪੂ ਜੀ, ਆਹ ਜਿਹੜਾ ਲੈਣ ਦੇਣ ਵਾਲਾ ਹੁੰਦਾ ਨਾ, ਬੰਦੇ ਨੂੰ ਖੜਾ ਦਿਆ ਕਰੋ 2-4 ਮਹੀਨੇ, ਵੀ ਅਸੀਂ ਕਿਹੜਾ ਭੱਜੇ ਜਾਂਦੇ ਹਾਂ, ਲੋਕ ਵੀ ਐਵੇਂ ਤੰਗ ਪਰੇਸ਼ਾਨ ਕਰਨ ਨੂੰ। ਭਾਈ ਜਦੋਂ ਅਗਲਾ ਬਾਹਰ ਚਾ ਕੇ ਖੜਦਾ ਨਾ, ਆਂਢ ਗੁਆਂਢ ਖੜ ਖੜ ਕੇ ਦੇਖਦਾ ਵੀ ਇਹਨਾਂ ਦੇ ਕਿਵੇਂ ਫਿਰਦਾ, ਹੁਣ ਦੱਸ ਕਿਵੇਂ ਚੱਲੀਏ ਇਹ ਗੱਲਾਂ। ਬਾਪੂ ਜੀ, ਫਿਰ ਹੁਣ ਤੁਹਾਡੇ ਕੰਮ ਦਾ ਕਿਵੇਂ ਕਰਾਂਗੇ? ਮੈਂ ਦੇਖਦਾ ਪੁੱਤ, ਕਿਸੇ ਪਾਸੇ ਹੋਰ ਜਾਇਆ ਕਰੂੰਗਾ, ਫਿਰ ਹੋਰ ਕੀ ਹੈ, ਹੁਣ ਕੰਮ ਬਿਨਾਂ ਤਾਂ ਪੁੱਤ ਸਰਦਾ ਨਹੀਂ। ਇੱਕ ਨਾਲੇ ਹੋਰ ਹੈ ਪੁੱਤ, ਕੰਮ ਵੀ ਹੁਣ ਨੌਜਵਾਨਾਂ ਦੇ ਰਹਿ ਗਿਆ, ਮੇਰੀ ਤਾਂ ਉਮਰ ਦੇਖ ਕੇ ਅਗਲਾ ਕਹਿੰਦਾ ਚੱਲ ਤੂੰ ਕੀ ਕਰਾਉਣਾ, ਅਗਲਾ ਐਂ ਕਹਿ ਦਿੰਦਾ। ਇੱਕ ਮਿੰਟ ਬਾਪੂ ਜੀ, ਹੈਲੋ, ਹਾਂਜੀ ਸਰ, ਪਰ ਸਰ ਮੈਂ ਤਾਂ ਹਾਲੇ ਹੁਣੀ ਘਰੇ ਪਹੁੰਚੀ ਸੀ। ਅੱਛਾ ਚਲੋ ਕੋਈ ਨਾ, ਮੈਂ ਆ ਜਾਂਦੀ ਹਾਂ, ਮੈਂ ਹੁਣੀ ਵਾਪਸ ਆ ਜਾਂਦੀ ਹਾਂ। ਕਿਹਦਾ ਫੋਨ ਆ ਗਿਆ ਪੁੱਤ? ਉਹ ਬਾਪੂ ਜੀ, ਮੈਂ ਸੁਵਿਧਾ ਕੇਂਦਰ 'ਚ ਕੰਮ ਕਰਦੀ ਹਾਂ ਨਾ, ਪਹਿਲਾਂ ਤਾਂ ਉਹਨਾਂ ਮੈਨੂੰ ਕਹਿਤਾ 2 ਦਿਨ ਛੁੱਟੀਆਂ ਨੇ, ਹੁਣ ਕਹਿੰਦੇ ਛੁੱਟੀਆਂ ਕੈਂਸਲ ਕਰਤੀਆਂ ਸਰਕਾਰ ਨੇ, ਤੂੰ ਸਵੇਰੇ ਆ ਜੀ, ਮਤਲਬ ਸਵੇਰੇ ਤਾਂ ਫਿਰ ਮੈਂ ਲੇਟ ਹੋ ਜੂੰਗੀ ਨਾ, ਮੈਨੂੰ ਫਿਰ ਤਾਂ ਹੁਣੇ ਜਾਣਾ ਪੈਣਾ ਵਾਪਸ। ਫਿਰ ਪੁੱਤੋ ਤਾਂ ਜਾਣਾ ਵੀ ਜ਼ਰੂਰੀ ਹੈਗਾ, ਹੁਣ ਇਹ ਸਰਕਾਰ ਦਾ ਹੀ ਤਾਂ ਹੁੰਦਾ, ਇਹਨਾਂ ਦਾ ਕੀ ਪਤਾ, ਇਹਨਾਂ ਨੇ ਤਾਂ ਮਾੜਾ ਜਿਹਾ ਉਡਰੀ ਮਾਰਨਾ ਪੁੱਤ। ਹਾਂਜੀ ਮੈਨੂੰ ਆਇਆ ਨਾ ਬਾਪੂ ਜੀ, ਹੁਣ ਤਾਂ ਜਿਹੜਾ 7500 ਰੁਪਏ ਮਿਲਦਾ ਵਧੀਆ ਗੱਲ ਹੈ, ਨਹੀਂ ਅੱਜ ਕੱਲ੍ਹ ਇੰਨੇ ਪੈਸੇ ਕੌਣ ਦਿੰਦਾ ਕਿਸੇ ਨੂੰ? ਪੁੱਤ ਅਸੀਂ ਤੇ ਰਾਹ ਦੇਣਾ ਕਿੱਥੋਂ ਦੇਵਾਂਗੇ, 7500 ਰੁਪਇਆ ਤਾਂ ਨਾ ਆਪਣਾ ਪਰਿਵਾਰ ਚਲਾਉਣ ਲਈ ਬਹੁਤ ਵੱਡੀ ਗੱਲ ਹੈਗੀ, ਜਿਹੜਾ ਤੂੰ ਆ ਪਰਿਵਾਰ ਚਲਾਈ ਜਾਂਦਾ, ਸਾਡੀਆਂ ਤਾਂ ਸਾਰੀਆਂ ਆਸਾਂ ਹੀ ਤੇਰੇ 'ਤੇ ਨੇ। ਬਾਪੂ ਜੀ, ਤੁਸੀਂ ਇਹੋ ਜਿਹੀਆਂ ਗੱਲਾਂ ਕਾਹਤੋਂ ਕਰਦੇ ਹੁੰਦੇ ਹੋ? ਦੇਣਾ ਤਾਂ ਤੁਹਾਡਾ ਅਤੇ ਬੇਬੇ ਦਾ, ਮੈਂ ਨਹੀਂ ਦੇ ਸਕਦੀ। ਤੁਸੀਂ ਮੈਨੂੰ ਇਹ ਦੁਨੀਆਂ ਦਿਖਾਈ ਆ, ਪੜ੍ਹਾਇਆ ਲਿਖਾਇਆ, ਇੰਨਾ ਵੱਡਾ ਕੀਤਾ ਪਾਲ ਪੋਸ ਕੇ, ਮੈਨੂੰ ਕੰਮ ਕਰਨ ਦੇ ਯੋਗ ਬਣਾਇਆ, ਮੇਰਾ ਤਾਂ ਹੱਕ ਹੀ ਬਣਦਾ ਨਾ। ਪਰ ਫਿਰ ਵੀ ਪੁੱਤ, ਤੇਰੇ ਵਰਗੀਆਂ ਧੀਆਂ ਨਾ ਪਰਮਾਤਮਾ ਹਰੇਕ ਨੂੰ ਘਰ 'ਚ ਦੇਵੇ। ਆ ਦੇਖ ਤੂੰ ਇੰਨਾ ਘਰ ਦਾ ਸਾਰਾ ਬੋਝ ਚੱਕ ਰੱਖਿਆ, ਇੰਨਾ ਤਾਂ ਮੁੰਡੇ ਨਹੀਂ ਚੱਕਦੇ ਅੱਜ ਕੱਲ੍ਹ। ਇਹਦੇ ਵਿੱਚ ਬੋਝ ਵਾਲੀ ਕਿਹੜੀ ਗੱਲ ਹੈ ਬਾਪੂ ਜੀ, ਮੈਂ ਤਾਂ ਨਾ ਆਪਦੇ ਆਪ ਨੂੰ ਬਹੁਤ ਲੱਕੀ ਸਮਝਦੀ ਹਾਂ ਵੀ ਮੈਨੂੰ ਤੁਹਾਡੇ ਵਰਗੇ ਮਾਂ ਪਿਓ ਮਿਲੇ ਨੇ। ਭਾਈ ਅਸੀਂ ਲੱਕੀ ਸਮਝਦੇ ਹਾਂ ਵੀ ਸਾਨੂੰ ਤੇਰੇ ਵਰਗੀ ਧੀ ਮਿਲ ਗਈ। ਜਸ਼ਨ, ਫਿਰ ਮੈਂ ਲੇਟ ਹੋ ਜੂੰਗੀ, ਬਾਪੂ ਜੀ ਬਾਟ ਵਾਲੀ ਲੰਮੀ ਹੈ ਨਾ, ਹੁਣ ਵੀ ਮੈਂ 12 ਵਜੇ ਦੀ ਤੁਰੀ ਹੋਈ ਆਂ, ਦੇਖ ਲਓ। ਉਹ ਤਾਂ ਪੁੱਤ ਠੀਕ ਹੈ, 2:30 ਵੱਜ ਗਏ। ਫਿਰ ਉਹ ਕਹੋ ਮੈਨੂੰ ਮਿਲ ਕੇ ਨਹੀਂ ਗਈ ਮੇਰੀ ਧੀ? ਮਾਂ ਸਾਨੂੰ ਕਹਿੰਦੀ ਕਿਸ ਮੈਨੂੰ, ਮਾਂ ਨੂੰ ਮੈਂ ਮਿਲ ਤਾਂ ਗਈ ਸੀ 10-15 ਦਿਨ ਪਹਿਲਾਂ, ਹੁਣ ਮੇਰਾ ਕੰਮ ਵੀ ਜ਼ਰੂਰੀ ਹੈ। 15 ਦਿਨ ਲੰਘ ਗਏ। ਕੋਈ ਨਾ, ਤੂੰ ਬਹੁਤਾ ਸਿਆਣਾ ਨਾ ਬਣਿਆ ਕਰ, ਨਾਲੇ ਬਾਪੂ ਬੇਬੇ ਨਾਲ ਕੋਈ ਡੱਕਾ ਤੜਾਉਂਦਾ ਕਿ ਨਹੀਂ ਇਹ? ਭਾਈ ਕੰਮ ਤਾਂ ਕਰਦਾ, ਬਸ ਕਦੇ ਕਦੇ ਇਹ ਵੀ ਲਚਕੜੇਚੀ ਕਰ ਜਾਂਦਾ। ਦੇਖ ਲੈ, ਪਿਛਲੀ ਵਾਰ ਤਾਂ ਘੱਟ ਕੰਨ ਖਿੱਚੇ ਸੀ, ਇਸ ਵਾਰ ਵੱਧ ਖਿੱਚ ਕੇ ਜਾਊਂਗੀ। ਨਹੀਂ ਉਹ
ਸਬਜ਼ੀ ਤੋੜਾਉਣ ਨਾ ਤੂੰ ਵੀ ਵਗ ਜਾ ਕਰ ਬੇਬੇ ਨਾਲ। ਤੂੰ ਸਬਜ਼ੀ ਨਾ ਤੋੜੀ ਪਰ ਬੇਬੇ ਦੀ ਦਵਾਈ ਦਾ ਧਿਆਨ ਰੱਖਿਆ ਕਰ, ਟਾਈਮ ਸਿਰ ਲੈਂਦੀ ਹੈ ਕਿ ਨਹੀਂ। ਮੈਂ ਤਾਂ ਕਹਿੰਦੀ ਹਾਂ ਕੱਲ੍ਹ ਤੋਂ ਬੇਬੇ ਨੂੰ ਜਾਣ ਹੀ ਨਾ ਦਿਓ। ਮੈਂ ਤਾਂ ਭਾਈ ਹੁਣ ਕਹਿਣਾ, ਹੁਣ ਮੈਂ ਕਰਾਂ ਵੀ ਕੀ, ਫਿਰ ਉਹ ਰੋਣ ਲੱਗ ਜਾਂਦੀ ਹੈ, ਹੁਣ ਉਹਦੀ ਦਵਾਈ ਚੱਲਦੀ ਹੈ ਦੇਖ। ਹੈ ਕੱਲ ਨੂੰ ਕੋਈ ਗੱਲਬਾਤ ਹੋ ਗਈ ਫਿਰ ਆਪਾਂ ਨੂੰ ਦਿਲ ਦੀ ਦਵਾਈ ਹੈ, ਫਿਰ ਵੀ ਬਹੁਤ ਵੱਡੇ ਹੁਣ ਗੱਲ ਹੁੰਦੀ ਹੈ ਦਿਲ ਦੀ। ਪੁੱਤ ਉਹੀ ਤਾਂ ਗੱਲ ਹੈ, ਜੇ ਮੈਂ ਉਹਨੂੰ ਰੋਕਦਾ ਫਿਰ ਬੋਝ ਪਾਉਂਦੀ ਹੈ, ਫਿਰ ਉਦੋਂ ਵੀ ਭੈੜਾ ਕੰਮ। ਹੁਣ ਆਇਆ ਚਾਰ ਉੱਥੇ ਗੱਲਾਂ ਕਰ ਲੈਂਦੀ ਜਿਹੜੀਆਂ ਨਾਲ ਦੀਆਂ ਹੁੰਦੀਆਂ, ਉਹਨਾਂ ਕੋਲ ਮਨ ਹਾੜੋ ਕਰ ਲੈਂਦੀ ਆ ਉਹ। ਮੇਰਾ ਫੋਨ ਦੁਬਾਰੇ ਆ ਗਿਆ, ਫਿਰ ਮੈਂ ਜਾਵਾਂ ਬਾਪੂ ਜੀ। ਚੱਲ ਪੁੱਤ ਫਿਰ, ਇਹ ਵੀ ਜਾਣਾ ਵੀ ਜ਼ਰੂਰੀ ਹੈ। ਬਸ ਭਾਈ ਦੂਰ ਦੀ ਬਾਟ ਹੈਗੀ, ਫਿਰ ਤਾਂ ਜਾਣ 'ਚ ਹੋਇਆ। ਚੱਪਲਾਂ ਪਾ ਲਾ ਭਾਈ, ਤੈਨੂੰ ਛੱਡ ਦਾਂਗੇ। ਚੱਲ ਕੋਈ ਨਾ ਬਾਪੂ ਜੀ, ਮੈਂ ਚਲੀ ਜਾਊਂਗੀ, ਤੁਸੀਂ ਬਹਿ ਜਾਓ। ਚੱਲ ਠੀਕ ਹੈ ਪੁੱਤ। ਹਾਂ ਕੋਈ ਨਾ, ਤੁਸੀਂ ਬਹਿ ਜਾਓ, ਤੂੰ ਵੀ ਬਹਿ ਜਾ, ਮੈਂ ਆਪੇ ਚਲੀ ਜਾਊਂਗੀ। ਕਹਿਣੀ ਵੱਡੇ ਤੱਕ ਛੱਡਿਆ ਨਾ। ਕੋਈ ਨਾ, ਮੈਂ ਚਲੀ ਜਾਊਂਗੀ। ਚੰਗਾ ਬੇਬੇ ਦਾ ਤੇ ਆਪਦਾ ਧਿਆਨ ਰੱਖਿਆ ਕਰਨ ਵਾਲੇ ਬਾਪੂ ਦਾ। ਚੰਗਾ ਬਾਪੂ ਜੀ। ਚੰਗਾ ਮੇਰੇ ਚਪੇੜਾ ਮਾਰ ਕੇ ਜਾਣਾ ਹੁੰਦਾ। ਚੰਗਾ ਪੁੱਤ ਆਪਦਾ ਧਿਆਨ ਨਾਲ ਜਾਈ। ਚੰਗਾ ਚਪੇੜਨ, ਦੱਸ ਤੈਨੂੰ ਕੀ ਕਰਤਾ, ਇਹ ਪਿਆਰ ਨਾਲ ਤਾਂ ਚਪੇੜਾ ਮਾਰਿਆ, ਹਾਲੇ ਤਾਂ ਸ਼ੁਕਰ ਕਰ ਤੇਰੇ ਕੰਨ ਨਹੀਂ ਖਿੱਚੇ ਮੈਂ। ਪੱਟ ਤੇ ਬੰਨਣ ਵਾਲੇ ਪੱਟ ਤੇ ਕੰਨ ਦਾ। ਉਹ ਭਾਈ ਫਿਰ ਤੇ ਇੱਥੋਂ ਵੱਡੀ ਆ ਉਹ, ਹੁਣ ਤੇਰੇ ਨਾਲ ਨਾ ਹੈ ਤਾਂ ਕੁਝ ਕਰੇ ਹੋਰ ਕਰੇ। ਹੁਣ ਵੱਡੀ ਆ, ਹੁਣ ਇਹ ਕੰਨ ਥੋੜੀ ਪੱਟੂਗੇ ਇਹ। ਉਹ ਚੱਲ, ਇਹ ਪਿਆਰ ਆ ਪੁੱਤ। ਚੱਲ ਪੁੱਤ ਤੂੰ ਲੇਟ ਹੋ ਜਾਏਗਾ, ਆਪਦਾ ਧਿਆਨ ਨਾਲ ਜਾਈ। ਚੰਗਾ ਆ ਦੇਖ ਓਏ, ਉਹ ਕੁੜੀ ਹੋ ਕੇ ਵੀ ਇੰਨਾ ਘਰ ਦਾ ਬਹੁਤ ਚੱਕੀ ਜਾਂਦੇ। ਉਹ ਤੈਨੂੰ ਉਹਨੇ ਸਹੀ ਗੱਲ ਕਹੀ ਹੈ, ਤੇਰੀ ਮਾਂ ਨਾਲ ਮਾੜਾ ਜਿਹਾ ਹੱਥ ਪਟਾਇਆ ਕਰ, ਦੋ ਪੈਸੇ ਹੋਰ ਆਉਣ ਲੱਗ ਜਾਣਗੇ ਘਰੇ, ਇੱਥੇ ਵੀ ਤਾਂ ਵਿਹਲਾ ਫਿਰਦਾ ਰਹਿੰਦਾ। ਬਾਪੂ ਮੇਰੀ ਕੋਈ ਸੁਣਦੀ ਨਹੀਂ ਹੈਗਾ, ਮਾਂ ਨੂੰ ਵੀ ਕਹਿ ਦੀ ਵੀ ਤੂੰ ਘਰੇ ਬਹਿ ਜਾ ਕਰ, ਉਹ ਕਿਹੜਾ ਬਹਿੰਦੀ ਆ। ਆਪਣਾ ਘਰ ਛੱਡ ਕੇ ਜਾਣ ਦਾ ਤਾਂ ਮੇਰਾ ਵੀ ਦਿਲ ਨਹੀਂ ਕਰਦਾ ਬਾਪੂ, ਮੈਨੂੰ ਮਾਫ਼ ਕਰੀ, ਮੈਂ ਬਹੁਤ ਵੱਡਾ ਝੂਠ ਬੋਲਿਆ ਤੁਹਾਨੂੰ। ਮੈਨੂੰ ਕਿਸੇ ਕੰਮ ਵਾਲੇ ਦਾ ਫੋਨ ਨਹੀਂ ਆਇਆ, ਫੋਨ ਤਾਂ ਮੈਨੂੰ ਆ ਫੋਨ ਵਾਸਤੇ ਆਇਆ। ਪੈਸਿਆਂ ਦੀ ਕਮੀ ਕਾਰਨ ਮੈਂ ਆਪਣਾ ਫੋਨ ਵੀ ਵੇਚ ਰਹੀ ਹਾਂ, ਕੀ ਲੋੜ ਹੈ ਮੈਨੂੰ ਇਸ ਫੋਨ ਦੀ, ਜਦੋਂ ਇਹਦਾ ਕੋਈ ਸੁੱਖ ਸਾਰਾ ਹੀ ਨਹੀਂ ਮੈਨੂੰ। ਜੇ ਮੈਂ ਤੁਹਾਨੂੰ ਦੱਸ ਦਿੰਦੀ ਨਾ ਵੀ ਮੈਨੂੰ ਵੀ ਕੰਮ ਤੋਂ ਕੱਢਤਾ, ਤੁਸੀਂ ਵੀ ਕੰਮ ਤੋਂ ਵਿਹਲੇ ਬੈਠੇ ਸੀ, ਪਤਾ ਨਹੀਂ ਤੁਹਾਡੇ 'ਤੇ ਕੀ ਬੀਤਦੀ। ਮੇਰੇ 'ਤੇ ਤਾਂ ਭਾਵੇਂ ਦੁੱਖਾਂ ਦਾ ਪਹਾੜ ਟੁੱਟ ਜੇ ਬਾਪੂ, ਪਰ ਤੈਨੂੰ ਅਤੇ ਬੇਬੇ ਨੂੰ ਮੈਂ ਹਮੇਸ਼ਾ ਹੀ ਖੁਸ਼ ਦੇਖਣਾ ਚਾਹੁੰਦੀ ਹਾਂ। ਪਰ ਲਵਪ੍ਰੀਤ ਬਹਾਨਾ ਲਾ ਕੇ ਆ ਤਾਂ ਗਈ, ਹੁਣ ਜਾਏਂਗੀ ਕਿੱਥੇ। ਚੱਲ ਕੋਈ ਨਾ, ਉਹ ਵਾਹਿਗੁਰੂ ਦਾ ਦਰ ਤਾਂ ਹਮੇਸ਼ਾ ਹੀ ਖੁੱਲ੍ਹਾ ਰਹਿੰਦਾ ਹਰ ਕਿਸੇ ਵਾਸਤੇ, ਇੱਕ ਰਾਤ ਉੱਥੇ ਕੱਟ ਲਓ, ਸਵੇਰੇ ਚਲੀ ਜਾਊਂਗੀ। ਨਾਲੇ ਸਵੇਰੇ ਜਾ ਕੇ ਪਹਿਲਾਂ ਆਪਣਾ ਫੋਨ ਵੇਚੂ, ਫਿਰ ਉਸ ਤੋਂ ਬਾਅਦ ਦੇਖਦੀ ਹਾਂ ਜੇ ਕਿਤੇ ਕੰਮ ਮਿਲਿਆ ਤਾਂ। ਭਾਵੇਂ ਮੇਰੀ ਖੁਸ਼ੀਆਂ ਤੇ ਚਾ ਲੁੱਟ ਗਏ ਸੀ ਸਜਾਏ ਜਿੰਨੇ ਸਾਰੇ ਟੁੱਟ ਗਏ ਨੇ, ਭਾਵੇਂ ਅਸੀਂ ਹੰਝੂਆਂ ਨੂੰ ਹਾਸਿਆਂ ਚ ਰੰਗਾਂਗੇ, ਤਾਂ ਵੀ ਅਸੀਂ ਤੇਰੇ ਲਈ ਖੁਦਾ ਤੋਂ ਖੈਰ ਮੰਗਾਂਗੇ, ਤਾਂ ਵੀ ਅਸੀਂ ਤੇਰੇ ਲਈ ਖੁਦਾ ਤੋਂ ਖੈਰ ਮੰਗਾਂਗੇ, ਤਾਂ ਵੀ ਅਸੀਂ ਤੇਰੇ ਲਈ ਖੁਦਾ ਤੋਂ ਖੈਰ ਮੰਗਾਂਗੇ।
ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ, ਤਾਂ ਠੀਕ ਹੈ ਤੇ ਅੱਜ ਤੂੰ ਪੁੱਠੀ ਮੁੜ ਜਾ। ਕਿਉਂ ਆਂਟੀ ਜੀ, ਕਿਤੇ ਬਾਹਰ ਜਾਣਾ? ਨਾ ਨਾ, ਬਾਹਰ ਤਾਂ ਕੰਮ ਜਾਣਾ, ਅਸੀਂ ਕੰਮ ਵਾਲੀ ਹੋਰ ਰੱਖ ਲਈ। ਕੰਮ ਵਾਲੀ ਹੋਰ ਰੱਖ ਲਈ ਮਤਲਬ? ਹਾਂ ਹਾਂ, ਹੋਰ ਰੱਖ ਲਈ। ਪਰ ਕਿਉਂ? ਤੂੰ ਤਾਂ ਲੈਂਦੀ ਆ 7500 ਰੁਪਇਆ, ਉਹਨੂੰ ਮੈਂ ਦਿੰਦੀ ਹਾਂ 2500 ਰੁਪਇਆ। ਐਸੇ ਪਿੰਡ ਦੀ ਆ ਜੀ, ਕੰਮ ਵੀ ਵਧੀਆ ਕਰਦੀ ਆ। ਆਂਟੀ ਜੀ ਕਮਾਲ ਹੈ, ਤੁਸੀਂ ਕਿਹੜੇ ਵੇਲੇ ਰੱਖ ਲਈ? ਰੋਜ਼ ਤਾਂ ਮੈਂ ਤੁਹਾਡੇ ਘਰੇ ਕੰਮ ਕਰਨ ਆਉਣੀ ਆ, ਤੁਸੀਂ ਮੈਨੂੰ ਐਵੇਂ ਕੰਮ ਤੋਂ ਨਹੀਂ ਕੱਢ ਸਕਦੇ? ਅੱਜ ਤੋਂ ਰੱਖ ਲਈ, ਤੂੰ ਜਾ ਸਕਦੀ ਆ। ਪਰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ, ਮੈਂ ਹੋਰ ਕਿੱਥੇ ਕੰਮ ਕਰੂੰਗੀ? ਤੈਨੂੰ ਸੁਣਦਾ ਨੀਗਾ, ਜੇ ਤੈਨੂੰ ਇੱਕ ਵਾਰੀ ਕਹਿਤਾ ਵੀ ਅਸੀਂ ਹੋਰ ਰੱਖ ਲਈ ਕੰਮ ਤੇ। ਆਂਟੀ ਜੀ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਆ, ਮੇਰੇ ਕੋਲੇ ਹੋਰ ਕੋਈ ਕੰਮ ਨਹੀਂ ਹੈਗਾ, ਪਲੀਜ਼ ਤੁਸੀਂ ਮੇਰੇ ਨਾਲ ਐ ਨਾ ਕਰੋ। ਚੱਲ ਪਤਾ ਕਰ ਲਈ ਯਾਰ। ਹਾਂ ਕਿਤੇ ਵੀ ਬਸ ਤੂੰ ਦੇਖ ਲਈ ਵੀ ਹਾਂ ਵਧੀਆ ਹੋਵੇ ਕੰਮ, ਹਨਾ ਬੰਦੇ ਵਧੀਆ ਹੋਣ। ਕੁੜੀ ਸਿਆਣੀ ਬਹੁਤ ਆ ਯਾਰ, ਬਾਕੀ ਪੜ੍ਹੀ ਲਿਖੀ ਆ ਨਾ, ਪਹਿਲਾਂ ਤਾਂ ਨਹੀਂ ਕਦੇ ਕੰਮ ਕਰਿਆ ਮੈਂ। ਹਾਂ ਮਿਹਨਤੀ ਆ, ਦੇਖ ਲਈ ਯਾਰ ਜੇ ਕਿਤੇ ਬਣਦਾ ਹੋਇਆ। ਹਾਂ ਠੀਕ ਹੈ। ਨਾ 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 ਨਾ, ਜ਼ਿੰਮੇਵਾਰੀ ਆ ਬਈ, ਕੁੜੀ ਬਹੁਤ ਸਿਆਣੀ ਆ, ਬਾਕੀ ਕੰਮ ਕੰਮ ਨੂੰ ਜਮਾਇਣ ਵਧੀਆ। ਹਾਂ ਕਰ ਲੂ, ਕੰਪਿਊਟਰ ਕੰਪਿਊਟਰ ਦਾ ਵੀ ਕਰ ਲੂਗੀ ਉਹ। ਠੀਕ ਹੈ ਬਈ, ਚੰਗਾ। ਤਾਰੀ ਹਾਂ ਪੂ ਲੈ ਪੁੱਤ, ਚਾਹ ਦੀ ਘੁੱਟ ਪੀ ਲੈ। ਪੂਆ ਲਾਪਰੀ ਤਾਂ ਵੱਗ ਗਈ ਹੋਣੀ ਘਰੇ, ਕੀ ਪਤਾ ਪੁੱਤ, ਹੁਣ ਉਹ ਤਾਂ ਉਹੀ ਜਾਣੇ। ਮੈਨੂੰ ਤਾਂ ਐਂ ਸਮਝ ਨਹੀਂ ਆਉਂਦੀ ਵੀ ਮੈਨੂੰ ਤਾਂ ਘੱਟੋ ਘੱਟ ਦੱਸ ਜਾਂਦੀ, ਇੱਕ ਵਾਰੀ ਚੱਲ ਆਪਣੇ ਕੋਲ ਆ ਜਾਂਦੀ। ਹੈਂ ਕਿਹੜੇ ਮੂੰਹ ਨਾਲ ਆਉਂਦੀ ਪੂਆ, ਹੁਣ ਉਹਦਾ ਕਿਹੜਾ ਜੀ ਨਹੀਂ ਕਰਦਾ ਇੱਥੇ ਆਉਣ ਨੂੰ। ਤੇਰੇ ਸਾਹਮਣੇ ਆਪ ਵੀ ਕਹਿੰਦੀ ਤੀ, ਕਹਿੰਦੀ ਵੀ ਮੈਂ ਤਾਂ ਆ ਜਾਊਂਗੀ ਪਰ ਤੇਰੀ ਮਾਂ ਨੇ ਨਹੀਂ ਘਰੇ ਵਾੜਨਾ। ਉਹਨੂੰ ਡਰਦੀ ਹੈ, ਉਹਨੂੰ ਆਇਆ ਵੀ ਹਾਂ ਮੇਰੇ ਪਿੱਛੇ ਤੁਹਾਡੇ ਘਰ 'ਚ ਕਲੇਸ਼ ਨਾ ਪਵੇ, ਤਾਂ ਨਹੀਂ ਵਿਚਾਰੀ। ਨਾਲੇ ਪੁੱਤ ਉਹਨੂੰ ਮੈਂ ਦੱਸ ਕੇ ਤਾਂ ਆਈ ਸੀ ਵੀ ਇਹਦੀ ਮਾਂ ਤਾਂ ਹੁਣ ਰੁੱਸ ਕੇ ਉਜੜੀ ਹੋਈ ਹੈ ਨਹੀਂ ਇੱਥੇ। ਚਾਹੇ ਕੁਛ ਵੀ ਹੈ, ਕੱਲ੍ਹ ਨੂੰ ਗੱਲ ਤਾਂ ਵੱਧ ਜਾਂਦੀ ਹੁੰਦੀ ਹੈ, ਜੇ ਉਰੇ ਆ ਜਾਂਦੀ ਮਾਂ ਨੂੰ ਪਤਾ ਲੱਗਦਾ ਵੀ ਹਾਂ ਦੇਖ ਲਾ ਵੀ ਮੈਨੂੰ ਤਾਂ ਨਹੀਂ ਲੈ ਕੇ ਆਏ, ਵੀ ਮੇਰੀ ਕਿਸੇ ਨੇ ਸਾਰ ਨਹੀਂ ਲਈ, ਉਹ ਕੁੜੀ ਨੂੰ ਘਰੇ ਵਾੜ ਲਿਆ। ਉਹ ਥੋੜ੍ਹੀ ਜਿਹੀ ਸਮਝਦਾਰ ਹੈ ਤਾਂ ਉਹਦਾ ਸੋਚ ਸਮਝ ਕੇ ਚੱਲਦੀ ਆ ਉਹ। ਮੈਨੂੰ ਤਾਂ ਹੁਣ ਐਂ ਲੱਗਦਾ ਪੁੱਤ, ਪਤਾ ਨਹੀਂ ਜਵਾਕੜੀ ਕੋਲ ਕਿਰਾਇਆ ਭਾੜਾ ਹੋਊਗਾ, ਪਤਾ ਨਹੀਂ ਨਾ ਹੈ ਅਗਲੇ ਨੇ ਕਿਹੜਾ ਉਹਦੀ ਮੌਕੇ 'ਤੇ ਤਨਖਾਹ ਦੇ ਤੀ ਹੋਊ। ਗੱਲ ਕੀ ਬਣੀ ਵੀ ਉਹਨੂੰ ਹਟਾ ਕਾਹਤੋਂ ਦਿੱਤਾ ਕੰਮ ਤੋਂ? ਇਹੀ ਤਾਂ ਸਮਝ ਨਹੀਂ ਆਉਂਦੀ, ਜਿਹੜੇ ਵੇਲੇ ਬੁਲਾਉਂਦੇ ਤੀ ਉਸੇ ਵੇਲੇ ਵਗ ਜਾਂਦੀ ਸੀ, ਉਸਦੇ ਤਾਂ ਦੇਖ ਲੈ ਜਿੱਦੇ ਕਲੇਸ਼ ਪਿਆ, ਵਿਚਾਰੀ ਬਿਨਾ ਕੁਛ ਖਾਧੇ ਪੀਤੇ ਵਗ ਗਈ। ਉਹੀ ਤਾਂ ਹੈ, ਇਹਨੇ ਤਾਂ ਕਦੇ ਜਵਾਕੜੀ ਨੇ ਛੁੱਟੀ ਨਹੀਂ ਸੀ ਮਾਰੀ, ਕੰਮ ਤੋਂ ਇਹ ਨਹੀਂ ਸੀ ਟਲਦੀ।
ਨਾਲੇ ਕੰਮ ਨੂੰ ਦੱਸ ਭੂਆ ਵੀ ਹਾਂ ਕੋਈ ਉਹਨਾਂ ਦਾ ਬਿਜ਼ਨਸ ਸੀਗਾ ਵੀ ਤਾਂ ਹੈ ਵੀ ਇਹ ਕੰਮ ਤੋਂ ਹਟਾਉਣ ਵਾਲਾ ਵੀ ਕੀ ਸਿਸਟਮ ਬਣਿਆ ਤਾਰੀ ਲੋਕਾਂ ਚ ਵੀ ਰੱਖ ਲੈਂਦਾ ਹੁੰਦਾ ਇਨਸਾਨੀਅਤ ਦੇ ਨਾਂ ਤੇ ਵੀ ਚੱਲ ਕੁੜੀ ਨੂੰ ਚਾਰ ਪੈਸਿਆਂ ਦੀ ਲੋੜ ਹੈ ਭਾਈ ਚੱਲ ਕਰੀ ਚੱਲ ਉਹੀ ਤਾਂ ਹੈ ਲੋਕਾਂ ਚ ਅੱਜ ਕੱਲ ਬਈ ਹੈ ਨੀ ਗੀ ਦੁਨੀਆਂ ਪਤਾ ਨੀ ਇੰਨੀ ਕਲੱਕੜ ਕਾਹ ਤੋਂ ਹੋਈ ਪਈ ਹੈਗੀ ਨਹੀਂ ਅਗਲਾ ਆਪਾਂ ਦੋ ਦਿਨ ਘਰੇ ਕੁੱਤਾ ਰੱਖ ਲਈ ਆਪਾਂ ਨੂੰ ਉਹਦਾ ਵੀ ਮੂੰਹ ਆਉਣ ਲੱਗ ਜਾਂਦਾ ਅਗਲਾ ਐਂ ਤਾਂ 1 ਲੱਖ ਤੂੰ ਹੀ ਨਹੀਂ ਕਹਿੰਦਾ ਹੁੰਦਾ ਵੀ ਕੰਮ ਤੋਂ ਵਗ ਜਾ ਨਾਲੇ ਜੇ ਅਗਲੇ ਨੇ ਕਿਸੇ ਨੂੰ ਚੱਲ ਹੋਰ ਵੀ ਘੱਟ ਪੈਸਿਆਂ 'ਚ ਕੰਮ ਵਾਲੀ ਮਿਲ ਗਈ ਉਹਨਾਂ ਨੂੰ ਤਾਂ ਵੀ ਅਗਲਾ 15-20 ਦਿਨ ਮਹੀਨਾ ਅਗਲਾ ਪਹਿਲਾਂ ਕਹਿੰਦਾ ਵੀ ਭਾਈ ਤੂੰ ਆਪਦਾ ਕਿਤੇ ਕੰਮ ਹੋਰ ਦੇਖ ਲਾ ਹੈ ਐਂ ਤਾਂ ਨਹੀਂ ਅਗਲੇ ਨੂੰ ਅੱਧ ਵਿਚਾਰੇ ਡੋਬਾ ਦਿੰਦੇ ਹੁੰਦੇ ਨਾਲੇ ਸਰਦੇ ਵਰਦੇ ਘਰ ਵਾਲੇ ਨੇ ਭੂਆ ਕਿਹੜਾ ਕੋਈ ਮਾੜਾ ਥੋੜਾ ਹੋਵੇ ਤਾਂ ਵੀ ਲਾਪਰੀ ਦੱਸਦੀ ਤਾਂ ਹੁੰਦੀ ਸੀ ਵੀ ਉਹ ਤਾਂ ਬਹੁਤ ਅਮੀਰ ਨੇ ਮਤਲਬ ਉਹੀ ਗੱਲ ਕਰਦਾ ਸਰਦੇ ਵਰਦੇ ਘਰ ਵਾਲੇ ਨੇ ਇਸੇ ਗੱਲ ਦਾ ਤਾਂ ਦੁੱਖ ਹੁੰਦਾ ਫਿਰ ਅਗਲਾ ਕਹਿੰਦਾ ਵੀ ਕੰਮ ਕਰਨ ਵਾਲੇ ਮਾੜੇ ਨੇ ਉਹ ਐਂ ਕਰਦੇ ਨੇ ਹੁਣ ਭਾਈ ਅੱਗੇ ਕਰਾਉਣ ਵਾਲਾ ਵੀ ਇਹੋ ਜਿਹਾ ਹੁੰਦਾ ਅਗਲੇ ਦੀ ਤਾਂ ਜਾਨ ਖਾ ਕੇ ਛੱਡਦੀਆਂ ਇਹਨਾਂ ਦਾ ਵੀਰੇ ਹੁਣ ਕਿਸੇ ਚ ਤੰਤ ਨੀ ਨਾਲੇ ਮੇਰੀ ਗੱਲ ਸੁਣ ਹੁਣ ਆਪ ਤਾਂ ਅਗਲੇ ਚੰਗੇ ਚੂਸੇ ਖਾਂਦੇ ਆ ਹੈ ਗਰੀਬਾਂ ਚ ਕਿੱਥੇ ਜਾਣ ਹੁੰਦੀ ਅਗਲੇ ਨੇ ਤਾਂ ਉਹੀ ਰੁੱਖੀਆਂ ਰੋਟੀਆਂ ਖਾਣੀਆਂ ਹੈ ਸਾਰਾ ਦਿਨ ਲੋਕਾਂ ਦੇ 10 ਘਰਾਂ ਦੇ ਧੰਦਾ ਕਰਨਾ ਉਹੀ ਤਾਂ ਗੱਲ ਹੈਗੀ ਆ ਭੂਆ ਗਰੀਬਾਂ ਤੇ ਕੋਈ ਨਹੀਂ ਤਰਸ ਕਰਦਾ ਹੁਣ ਘੱਟੋ ਘੱਟ ਬੰਦਾ ਜੇ ਪਹਿਲਾਂ ਦੱਸ ਦਿੰਦਾ ਵੀ ਭਾਈ ਤੂੰ ਕੋਈ ਹੋਰ ਕੰਮ ਦੇਖ ਲੈ ਅਗਲੀ ਦੇਖ ਲੈਂਦੀ ਹੁਣ ਜਮਾਂ ਮੌਕੇ ਤੇ ਜਵਾਬ ਦੇਤਾ ਹੁਣ ਉਹਨਾਂ ਨੇ ਤਾਂ ਉਹੀ ਕਮਾਉਣਾ ਉਹੀ ਖਾਣਾ ਹੁਣ ਕਿੱਧਰ ਨੂੰ ਜਾਵੇ ਉਹੀ ਤਾਂ ਗੱਲ ਹੈ ਤਾਰੀ ਮੇਰੀ ਗੱਲ ਸੁਣੋ ਹੁਣ ਤਾਂ ਨਾ ਦੁਨੀਆਂ ਜ਼ਾਲਮ ਹੋ ਗਈ ਪੈਸੇ ਦੇ ਪੁੱਤ ਬਣ ਗਏ ਸਭ ਦਾ ਇਕੱਲੇ ਪੈਸੇ ਨਾਲ ਮੋਹ ਪਿਆਰ ਹੋ ਗਿਆ ਬਸ ਕਿਸੇ ਦਾ ਕੋਈ ਰਿਸ਼ਤਾ ਨਾਤਾ ਨਹੀਂ ਕੋਈ ਗਰੀਬ ਤੇ ਨਹੀਂ ਆਏ ਵੀ ਉਹਦਾ ਤਰਸ ਮੰਨ ਲਏ ਅੱਜ ਕੱਲ੍ਹ ਤਾਂ ਅਗਲੇ ਨੂੰ ਐਂ ਹੁੰਦਾ ਵੀ ਸਾਨੂੰ ਇੱਥੋਂ ਵੀ ਪੈਸਾ ਮਿਲ ਜੇ ਇੱਥੋਂ ਵੀ ਪੈਸਾ ਮਿਲ ਜੇ ਨਾਲ ਇਹ ਪਤਾ ਵੀ ਨਾਲ ਕਿਸੇ ਦੇ ਨਹੀਂ ਜਾਣਗੇ ਪੰਡਾ ਬੰਨ ਕੇ ਸਾਰਾ ਕੁਛ ਇੱਥੇ ਹੀ ਰਹਿ ਜੂਗਾ ਨਾਲ ਤਾਂ ਕਿਹਨੇ ਲੈ ਜਾਣਾ ਭੂਆ ਬਸ ਉਹੀ ਇੱਥੇ ਰਹਿ ਜੂ ਸਾਰਾ ਕੁਛ ਫਿਰਦਿਆਂ ਭਜਦੇ ਉਹੀ ਤਾਂ ਹੈ ਆਪਣੀ ਨਾ ਗਰਮੇਲ ਕੁਰਤਾਈ ਦੇਖ ਲਾ ਇਹਨਾਂ ਦੇ ਮੈਨੂੰ ਲੱਗਦੀ ਹੈ 35 ਕਿੱਲੇ ਮਹਿਲਾ ਜ਼ਮੀਨ ਦੇ 35 ਪਤਾ ਨਹੀਂ 38 ਭਾਈ ਹੁਣ ਮੈਂ ਭੁੱਲ ਗਈ ਹੈ 38 ਕਿੱਲੇ ਜ਼ਮੀਨ ਦੇ ਸੀਰੀ ਰੱਖੇ ਹੋਏ ਘਰੇ ਗੋਹਾ ਕੂੜਾ ਸਿੱਟਣ ਨੂੰ ਉਹਨਾਂ ਦੇ ਘਰ ਵਾਲੀਆਂ ਵਿਚਾਰੀਆਂ ਉਹ ਕੰਮ ਤੇ ਲੱਗੀਆਂ ਹੋਈਆਂ ਦੇਖ ਲਾ ਹੱਥ ਨੇ ਉਹਨਾਂ ਨੇ ਕਾਰਮਿਆ ਹੋਇਆ ਸੀ ਨਾਲੇ ਵੀ ਭਾਈ ਅਸੀਂ ਸਾਨੂੰ ਗਲਾਸ ਗੜਬੀ ਦੁੱਧ ਹੀ ਦੇ ਦਿਆ ਕਰੋ ਤੇ ਜਦੋਂ ਦੇਖੀ ਸਾਰਾ ਦਿਨ ਇੰਨੇ ਪਸ਼ੂਆਂ ਦਾ ਗੋਹਾ ਸਿੱਟਿਆ ਕਰਨ ਵਿਚਾਰੀਆਂ ਦਮੋਂ ਨਿਕਲ ਜਾਇਆ ਕਰਨ ਸਾਰੇ ਕੱਪੜੇ ਲੀੜੇ ਧਵਾ ਲਿਆ ਕਰਨ ਅੱਜ ਪੀਣਾ ਕਰਦੇ ਅੱਜ ਸਾਡੀ ਕਣਕ ਧੋਦੇ ਸਾਰਾ ਉਹ ਵਿਚਾਰੇ ਕਿਸੇ ਕੰਮ ਤੋਂ ਜਵਾਬ ਨਹੀਂ ਸੀ ਦਿੰਦੀਆਂ ਜਦੋਂ ਆਥਣੇ ਦੁੱਧ ਦੀ ਗੜਬੀ ਨੂੰ ਕਿਆ ਕਰਨ ਵੀ ਤਾਈ ਦੁੱਧ ਦੀ ਗੜਬੀ ਦੇ ਸਾਨੂੰ ਪਹਿਲਾਂ ਜੈਵਡੀ ਦੀ ਪਾਣੀ ਤਾਣੀ ਕਰਕੇ ਉਹਨਾਂ ਦੀ ਗੜਬੀ ਭਰ ਦਿਆ ਕਰੇ ਲੈ ਆਹੀ ਤਾਂ ਹਾਂ ਨਾਲੇ ਫਿਰ ਰਿਜ ਰਿਜ ਕੇ ਮਰੀ ਹੈ ਬਾਈ ਨਾਲੇ ਪਤਾ ਕੀ ਹੈ ਗਰੀਬ ਮੂੰਹ ਤੇ ਨਹੀਂ ਕਹਿ ਕੇ ਸੁਣਾਉਂਦਾ ਅੰਦਰੋਂ ਹਾਂ ਲੱਗ ਜਾਂਦੀ ਹੈ ਹਾਂ ਗਰੀਬ ਦੀ ਬਦਦੁਆ ਨਹੀਂ ਲੈਣੀ ਚਾਹੀਦੀ ਹਾਂ ਉਹੀ ਹੈ ਨਾਲੇ ਫਿਰ ਨੂੰਹਾਂ ਨੇ ਸਿਆਣੀ ਨਹੀਂ ਹੈਗੀ ਹਾਂ ਜਿੰਨਾ ਦੇ ਘਰਾਂ ਦੀਆਂ ਬੱਚਤਾਂ ਕਰਦੀ ਸੀ ਛੱਡ ਭੂਆ ਤੂੰ ਇਹ ਦੇਖ ਵੀ ਹੁਣ ਆਪਾਂ ਪਤਾ ਕਿਵੇਂ ਕਰੀਏ ਵੀ ਲਾਪਰ ਤੇ ਘਰੇ ਗਈ ਆ ਕਿ ਨਾ ਪੁੱਤ ਹੁਣ ਮੇਰੀ ਗੱਲ ਸੁਣ ਮੈਂ ਤਾਂ ਮਨਜੀਤ ਕੋਲੇ ਜਾ ਆਉਣੀ ਆ ਉਹਨੂੰ ਦੁਆਰੇ ਪੁੱਛੇ ਆਉਣੀ ਆ ਭਾਈ ਭੂਆ ਜੇ ਹੁਣ ਤੇਰੇ ਨੰਬਰ ਹੁੰਦਾ ਉਹਦੇ ਨੰਬਰ ਲੈ ਲੈਂਦੀ ਫੋਨ ਕਰਕੇ ਪੁੱਛ ਲੈਂਦੀ ਨੰਬਰ ਕੀ ਪਤਾ ਮਨਜੀਤ ਕੋਲੇ ਨਾ ਹੋਵੇ ਉਹਦਾ ਹਾਂ ਹਣਾ ਹੋ ਸਕਦਾ ਹੈ ਅਗਲੀ ਕੋਲੇ ਤਾਂ ਹੋਊਗਾ ਤੂੰ ਉਸੇ ਲਵੇ ਜਾਇਆ ਪੁੱਛਿਆ ਵੀ ਇਹ ਨੰਬਰ ਹੈਗਾ ਕਿ ਨਾ ਹੈਗਾ ਹੁਣ ਪਤਾ ਤਾਂ ਲੱਗ ਜੇ ਐਨ ਪਤਾ ਉਹ ਕੱਲ ਦੀ ਭੜਕਦੀ ਫਿਰਦੀ ਹੋਵੇ ਕੰਮ ਦੀ ਭਾਲ 'ਚ ਉਹੀ ਫਿਰ ਫਿਕਰ ਸੰਸਾ ਕਿਹੜਾ ਥੋੜਾ ਹੁੰਦਾ ਤਾਰੀ ਸਾਰੇ ਘਰ ਦੀ ਜ਼ਿੰਮੇਵਾਰੀ ਜਵਾਕੜੀ ਤੇ ਉਹਤੇ ਸੀਗੀ ਹੈ ਉਹੀ ਹੈ ਚੱਲਣਾ ਹੀ ਉਸੇ ਦੇ ਸਿਰ ਤੋਂ ਚੱਲਦਾ ਸੀ ਉਹੀ ਤਾਂ ਗੱਲ ਹੈ ਮਨਜੀਤ ਨੇ ਵੀ ਪਤਾ ਨਹੀਂ ਕਿਉਂ ਉਹਦੇ ਅਕਲ ਤੇ ਪੜਦਾ ਪੈ ਗਿਆ ਵੀ ਤੂੰ ਘੱਟੋ ਘੱਟ ਤੈਨੂੰ ਪਤਾ ਹੈ ਵੀ ਜਦੋਂ ਸਾਡਾ ਇਹਦੇ ਨਾਲ ਇੰਨਾ ਮੋਹ ਪਿਆਰ ਹੈ ਇੱਥੋਂ ਜਾਣ ਨਾ ਦੇ ਜਾਂ ਮੈਨੂੰ ਕੋਈ ਸੁਨੇਹਾ ਲਾ ਦੇ ਤੂੰ ਆਪ ਆ ਜਾ ਊਂ ਕਿਹੜਾ ਆਉਂਦੀ ਨਹੀਂ ਹੈਗੀ ਤੇਰੀ ਮਾਂ ਕੋਲੇ ਆਪਾਂ ਉਹਦੇ ਘਰੇ ਨਾ ਚੱਲ ਕੇ ਆਈਏ ਕਿਹਦੇ ਲਾਪਰੀ ਦੇ ਪੁੱਤ ਕੋਈ ਨਹੀਂ ਪਹਿਲਾਂ ਮੈਨੂੰ ਮਨਜੀਤ ਦੇ ਘਰੇ ਜਾਣ ਦੇ ਆਪਾਂ ਪਤਾ ਲੈ ਲਈਏ
ਫਿਰ ਚੱਲਾਂਗੇ, ਫਿਰ ਜਾਣਾ ਤਾਂ ਪਊਗਾ ਹੀ। ਨਾਲੇ ਬਾਪੂ ਨੂੰ ਕਹਿੰਦੇ ਵੀ ਮੈਂ ਉਹਨੂੰ ਕਿਹਾ ਸੀ ਵੀ ਤੂੰ ਕੰਮ ਦਾ ਪਤਾ ਕਰਦੇ, ਇੱਕ ਦੋ ਮੁੰਡੇ ਨੂੰ ਮੈਂ ਕਰਿਆ ਫੋਨ, ਉਹ ਪਤਾ ਕਰਦੇ ਨੇ, ਇਹ ਵੋਟਾਂ 'ਚ ਨਹੀਂ ਕੋਈ। ਤੇਰੇ ਬਾਪੂ ਦੇ ਸਿਰ ਤੇ ਨਾ ਰਹਿ, ਉਹ ਤਾਂ ਅੱਜ ਹੁਣ ਵੋਟਾਂ 'ਚ ਨੰਬਰਦਾਰੀ ਘੋਟੂਗਾ। ਹਾਂ ਨਾਲੇ ਤੈਨੂੰ ਪਤਾ ਵੀ ਉੱਥੇ ਪੁੱਛ ਦੱਸ ਇਹਦੀ ਕੋਈ ਨਹੀਂ। ਹਾਂ ਇਹ ਨਹੀਂ ਪਤਾ ਥਾਨੂੰ ਕਿਸੇ ਨਾਲ ਭਿੜ ਕੇ ਆਜੇ ਦੂਜੀ ਪਾਰਟੀ ਵਾਲੇ ਨਾਲ। ਮੈਂ ਕਿਹਾ ਸੀ ਮੈਂ ਕਿਹਾ ਵੀਰਾ ਮੇਰੀ ਗੱਲ ਸੁਣ ਲੈ, ਜਿਹਨੂੰ ਵੋਟ ਪਾਉਣੀ ਆ ਚੁੱਪ ਕਰਕੇ ਪਾ ਦੀ, ਹੈ ਕਿਸੇ ਕੋਲ ਐਵੇਂ ਉੱਥੇ ਬੋਲੀ ਨਾ ਮੈਂ ਆਹ ਪਾਰਟੀ ਨੂੰ ਪਾਊਂ ਆਹ ਪਾਰਟੀ ਨੂੰ, ਆਪਾਂ ਲੀਡਰਾਂ ਤੋਂ ਲੈਣਾ ਕੀ ਹੈ, ਇਹ ਤਾਂ ਮਤਲਬ ਇੱਕ ਮਿੱਕ ਹੋ ਜਾਂਦੇ ਨੇ ਆਪਾਂ ਨੇ। ਹਾਂ ਇਹ ਤਾਂ ਉਹੀ ਗੱਲ ਹੈ, ਇਹ ਤਾਂ ਥਾਨੂੰ ਕੰਜਰ ਕਲੇਸ਼ ਉਹੀ ਹੈ, ਪਿੰਡ 'ਚ ਜਿੱਦ ਬੈਸ ਆਪਣੀ ਪਈ ਜੂ। ਸਰਕਾਰਾਂ ਤਾਂ ਉਹੀ ਨੇ ਬਸ ਬਦਲ ਜਾਂਦੇ। ਪਿਓ ਦਾ ਤਾਂ ਪਹਿਲੇ ਦਿਨੋਂ ਰੱਥ ਹੈ, ਜਦੋਂ ਵੋਟਾਂ ਆ ਜਾਂਦੀਆਂ ਦੇਖ ਲਾ, ਕਦੇ ਤਾਂ ਉਹਨੂੰ ਲੱਡੂਆਂ ਨਾ ਤੋਲਤਾ, ਉਹਦੇ ਸਰੋਪੇ ਪਾ ਤੇ, ਹੈਂ ਉੱਥੇ ਇਕੱਠ ਕਰ ਲਿਆ। ਨਾਲੇ ਇਹ ਕੋਈ ਘੱਟੋ ਘੱਟ 50,000 ਰੁਪਇਆ ਲੱਖ ਪੱਲਿਓਂ ਲਾ ਦਿੰਦਾ, ਬਾਪੂ ਅੱਗੇ ਹੀ ਪਿੱਟਦਾ ਰਹਿੰਦਾ ਵੀ ਤਾਈ ਕੀ ਲੈਣਾ, ਤਾਏ ਕਹਾਂ ਨੌਕਰੀ ਲੈਣੀ ਹੈ। ਚੱਲ ਹਾਂ ਬਥੇਰਾ ਸਮਝਾਇਆ ਸੀਗਾ, ਹਜੇ ਮੈਨੂੰ ਕਹਿੰਦਾ ਕਿ ਦੁਪਹਿਰੇ ਸਕੰਜਵੀ ਕਰਕੇ ਦੇ ਦੀ, ਕਹਿੰਦਾ ਮੈਂ ਉੱਥੇ ਪਿਆ ਕੇ ਆਉ। ਚੱਲ ਉਹ ਤਾਂ ਕਰ ਦੂ ਪੁੰਨ ਹੈ, ਕੋਈ ਗੱਲ ਨੀ, ਭਾਵੇਂ ਉੱਥੇ 20 ਬੰਦਿਆਂ ਨੂੰ ਪਿਆ ਆਵੇ। ਤੈਨੂੰ ਲੈ ਕੇ ਚੱਲਾਂ ਮੋਟਰਸਾਈਕਲ ਤੇ ਕਿ ਐਂ ਵਗ ਜਾਈਂ? ਨਾ ਮੈਂ ਤਾਂ ਤੁਰ ਕੇ ਵਗ ਜਾਨੀ ਆ। ਹਾਂ ਚੱਲ ਤੂੰ ਮਾਰੇ ਉੱਥੇ ਗੇੜਾ ਮਾਰੇ ਪੁੱਤ, ਚੰਗਾ ਕੋਈ ਨਾ ਮਾਰੇ। ਹਾਂ ਨਾ ਜਵਾਕੜੀ ਦਾ ਨੰਬਰ ਮਿਲਿਆਗਾ, ਚਿੰਤਾ ਹੋਰ ਵੱਧ ਗਈ, ਕੀ ਤਾਰੀ ਨੂੰ ਕਹੂੰਗੀ। ਚੱਲ ਦੇਖੀ ਜੋ ਫਿਰ ਕਹਿ ਦੂੰ ਭਾਈ ਉਹਦੇ ਪੇਕੇ ਜਿੱਥੇ ਜਾ ਆਉਣੇ ਆਪਾਂ। ਗਰਮੀ ਅੱਡ ਬੱਟ ਕੱਢੇ ਪਏ ਉਹ ਜੀ ਕਾਮਲੀ ਮਨਜੀਤ ਆ ਵੀ ਦੱਸ, ਤੇਰੇ ਘਰੇ ਕੁੜੀ ਰਹਿੰਦੀ ਹੈ, ਤੂੰ ਨੰਬਰ ਤਾਂ ਲੈ ਲਾ। ਅਸੀਂ ਜਿਹਨੇ ਚੰਦਰੀ ਨੇ ਜਵਾਕੜੀ ਘਰੋਂ ਕੱਢੀ ਹੈ, ਕੰਮ ਤੋਂ ਵੀ ਨਿਕਲ ਗਈ ਵਿਚਾਰੀ ਮਾੜੀ ਕਿਸਮਤ ਵਾਲੀ। ਲੈ ਤਾਰੀ ਕਿੱਧਰੋਂ ਆਉਂਦਾ? ਜਾਏ ਭੂਆ ਜਾਏ ਆਈ ਪੁੱਤ। ਹਾਂ ਕੀ ਬਣਿਆ? ਘਰੇ ਜਾ ਕੇ ਦੱਸੂ ਤੈਨੂੰ, ਹੁਣ ਮੈਂ ਇੱਥੇ ਤਾਂ ਇੰਨਾ ਬੋਲਿਆ ਨਹੀਂ ਜਾਂਦਾ ਬਾਈ। ਚੱਲ ਚੰਗਾ ਮੇਰੀ ਗੱਲ ਸੁਣਾ, ਆ ਜਾ ਤੂੰ ਮੇਰੇ ਨਾਲ ਮੜਾ ਵੋਟਾਂ 'ਚ ਚੱਲ। ਕਿਉਂ? ਉਹੀ ਤੇਰਾ ਕਹਾਣਾ, ਉਹ ਤਾਂ ਉੱਥੇ ਹੁਣ ਜਿੱਦੋ ਜਹਿਦ ਕਰੀ ਜਾਂਦਾ, ਹੁਣ ਚੌੜ 'ਚ ਲੱਗ ਰਿਹਾ, ਬਾਅਦ 'ਚ ਚੌੜ 'ਚ ਗੱਲ ਵੱਧ ਜੂਗੀ ਫਿਰ ਲੜੂਗਾ। ਲੈ ਨਾਲੇ ਮੈਂ ਰੋਕਿਆ ਸੀ, ਮੈਂ ਕਿਹਾ ਤੂੰ ਰਹਿਣ ਦੇ ਵੀ ਨਾ ਜਾਈ, ਤੇਰੇ 'ਚ ਹੈ ਨਹੀਂ ਭਦੋ ਕਰ, ਐਵੇਂ ਉੱਥੇ ਕਿਸੇ ਨਾਲ ਲੜਾਈ ਪਾ ਕੇ ਆਏਗਾ। ਹਾਂ ਮੈਨੂੰ ਇਹ ਨਹੀਂ ਸਮਝ ਆਉਂਦੀ, ਲੀਡਰਾਂ ਨੇ ਦੇਣਾ ਕੁਛ, ਆਪ ਉਹੀ ਲੜੀ ਜਾਂਦੇ ਨੇ, ਖੈਬੜਬਾਜ਼ੀ ਕਰਦੇ ਨੇ ਕਿਸੇ ਨਾਲ। ਉਹੀ ਤਾਂ ਹੈ, ਨਾਲੇ ਇਹਨੂੰ ਕੋਈ ਨਹੀਂ ਪੁੱਛਦਾ ਹੈਗਾ ਕਿਸੇ ਲੀਡਰ ਨਾਲ ਨਹੀਂ, ਨਾਲੇ ਬਣਦੀ ਇਹਦੀ। ਮੈਂ ਤਾਂ ਕਹਿ ਦਿੱਤੀ ਮੈਂ ਮੇਰੇ ਨਾਲ ਘਰੇ ਵਗ ਚੱਲ, ਮੇਰੇ ਨਾਲ ਤਾਂ ਤੁਰਿਆ ਨਹੀਂ। ਚੱਲ ਮੈਨੂੰ ਲੈ ਕੇ ਚੱਲ, ਉਹਨੂੰ ਮੈਂ ਲੈ ਹੱਥਾਂ ਨੂੰ ਸਿਰ ਪੜਵਾ ਕੇ ਆਊ ਨਹੀਂ ਇਹ। ਪਿਛਲੀ ਵਾਰ ਨਾ ਇਹ ਤਾਂ ਬਾਹਲੀ ਉੱਥੇ ਸਰਪੰਚੀ ਘੋਟ ਲੈਗਾ, ਜਾਣੀ ਦੀ ਤੇਰੇ ਬਿਨਾਂ ਤਾਂ ਵੋਟਾਂ ਹੀ ਨਹੀਂ ਪੈਂਦੀਆਂ, ਤੂੰ ਵੀ ਪਵਾਏਗਾ। ਘਰੇ ਕੋਈ ਕੰਮ ਨਹੀਂ ਕਰਦਾ ਇਹ। ਹਾਜੀ ਆ ਕੇ ਪੀਂਦੇ ਮੋਟਰਸਾਈਕਲ। ਇਹ ਤਾਂ ਇਹ ਨਹੀਂ ਪਤਾ ਲੋਕਾਂ ਦੇ ਘਰੋਂ ਸਵਾਰੀਆਂ ਢੋਣ ਲੱਗ ਗਿਆ ਹੋਵੇ। ਸਾਰੇ ਮੈਂ ਤਾਂ ਕਹਿੰਦੇ ਇਹਨਾਂ ਨੂੰ ਕਿਸੇ ਨੂੰ ਪੁੱਛ ਲਾਵੇ, ਹੈ ਪੁੱਛ ਹੀ ਲੈਣੇ ਹੋਰ, ਜਿੱਥੇ ਬੈਠਾ ਸੀ ਉੱਥੇ ਪੁੱਛ, ਇਹਨਾਂ ਨੂੰ ਪਤਾ ਹੋਊਗਾ। ਹਾਂ ਇਹਨੂੰ ਪੁੱਛ ਬਾਈ ਨੂੰ। ਸਤਿ ਸ਼੍ਰੀ ਅਕਾਲ ਬਾਈ। ਉਰੇ ਉਹ ਬੈਠੇ ਸੀ ਹਰਦੀਪ ਸਿੰਘ,
ਹਾਂ ਬਾਈ ਬੈਠੇ ਤਾਂ ਹੈਗੇ ਜੀ ਉਹਦੇ ਖਿਬੜੇ ਹੀ ਜਾਂਦਾ ਸੀ ਇੱਧਰ ਨੂੰ ਵਗਿਆ ਉੱਠ ਕੇ ਪੁਲਿਸ ਵਾਲੇ ਲੈ ਗਏ ਪੁਲਿਸ ਵਾਲੇ ਲੈ ਗਏ ਮੈਂ ਦੇਖ ਮੈਂ ਤੈਨੂੰ ਕਿਹਾ ਸੀ ਨਾ ਵੀ ਉਹ 'ਚ ਹੈ ਨਹੀਂ ਪਦੋਕਾਰ ਉਹਨੂੰ ਇੰਨੀ ਨਹੀਂ ਮੱਤ ਹੈਗੀ ਵੀ ਜਦੋਂ ਵੋਟਾਂ ਪੈਂਦੀਆਂ ਸ਼ਾਂਤਮਈ ਪਵਾਉਣੀਆਂ ਚਾਹੀਦੀਆਂ ਆਪਦੇ ਕੰਜਰ ਕਲੇਸ਼ ਖੜਾ ਕਰ ਲੈਂਦਾ ਚੱਲ ਆਪਾਂ ਦੇਖੀਏ ਅੰਦਰ ਹਾਂ ਚੱਲ ਮੈਨੂੰ ਤਾਂ ਪਹਿਲਾਂ ਪਤਾ ਸੀ ਤਾਰੀ ਚੱਲ ਦੇਖ ਲਾ ਉਹੀ ਕੰਮ ਕਰਤਾ ਜਿਹਦਾ ਡਰ ਸੀ ਗੱਲ ਸੁਣੋ ਮੇਰੀ ਕਿੱਧਰ ਚੱਲੇ ਕਿਵੇਂ ਨੀਂਦ ਚ ਫਿਰਦਾ ਗੇੜੇ ਖਾਂਦਾ ਕਿੱਥੇ ਚੱਲੇ ਉਹ ਕੁਛ ਨੀ ਹੁੰਦਾ ਵਿੱਕੀ ਦਾ ਫੋਨ ਆਇਆ ਸੀ ਬਜਿੰਦਰ ਕੇ ਦਾ ਉਹਦੇ ਵੋਟਾਂ ਚ ਮਾੜਾ ਗੇੜਾ ਦੇ ਕੇ ਆਉਣਾ ਉਹ ਕਹਿੰਦਾ ਆਇਆ ਤੇਰੀ ਜ਼ਰੂਰਤ ਹੈ ਮਾੜੀ ਵੋਟਾਂ ਚ ਗੇੜਾ ਦੇਣੇ ਬਾਸੀ ਤੇ ਬਾਸੀ ਜਿਹੜੀ ਪਈ ਹੈ ਬੂਥੜ ਦਾ ਧੋ ਲਓ ਮੈਂ ਜਾਂਦਾ ਹੋਇਆ ਉੱਥੇ ਧੋਣ ਟੂਟੀ ਤੇ ਮੈਂ ਕਹਿੰਦੀ ਸੀ ਮਾੜੇ ਮੈਨੂੰ ਏਜੰਟ ਕੋਲ ਲੈ ਚੱਲੋ ਉਹਨੇ ਸਟੇਟਮੈਂਟ ਮੰਗਵਾਈ ਸੀ ਸਟੇਟਮੈਂਟ ਕਢਵਾ ਤਾਂ ਲਈ ਸੀ ਮੈਂ ਫੜਾ ਕੇ ਆਉਣੀ ਉਹਨੂੰ ਬਸ ਮੈਂ ਇੱਥੋਂ ਨੀ ਜਾਈਦਾ ਪ੍ਰੀਤ ਜਿਹੜੇ ਆਹ ਤੇਰੇ ਸੜੇ ਹੋਏ ਕੰਮ ਨੇ ਨਾ ਜੇ ਕਰ ਲੈਣੇ ਉਹ ਤੇਰੇ ਲਾੜ ਲੈਣੇ ਜਿੰਨਾ ਦੀ ਸਾਰੇ ਦਿਨ ਪੂਛ ਮਾਰਦੀਆਂ ਉਹਨਾਂ ਨੂੰ ਲੈ ਜਾ ਊ ਤਾਂ ਕਹਿੰਦਾ ਮੈਨੂੰ ਪੁੱਛਦੀ ਨੀ ਹੁਣ ਜੇ ਪੁੱਛਦੀ ਆ ਨਾ ਲੈ ਕੇ ਜਾਨੀ ਆ ਹੁਣ ਐਵੇਂ ਕਰਦਾ ਪਹਿਲਾਂ ਪੁੱਛੇ ਹੁਣ ਤਾਂ ਪੁੱਛ ਲਿਆ ਨਾ ਹੁਣ ਪੁੱਛ ਲਿਆ ਹੁਣ ਕੀ ਕਰਤਾ ਪੁੱਛੇ ਤੂੰ ਫਿਰ ਅੱਜ ਵੋਟਾਂ ਨੇ ਕੱਲ ਨੂੰ ਬਗ ਚਲਾਂਗੇ ਨਾਲੇ ਤਾਰੀ ਹੋਰੀ ਤਾਂ ਹੈ ਨੀ ਤਾਰੀ ਦੇ ਪੂਆ ਤਾਂ ਗਏ ਹੋਏ ਨੇ ਕਿਤੇ ਕਿੱਧਰ ਵਗ ਗਿਆ ਉਹ ਮੈਨੂੰ ਕੀ ਪਤਾ ਮੈਨੂੰ ਕੋਈ ਦੱਸ ਕੇ ਗਏ ਨੇ ਵਧੀਆ ਪਰੇ ਰਾਤ ਕੱਟੀ ਸੌਂ ਲੱਗੇ ਉਹਦੇ ਦਾ ਜੀਣਾ ਦੱਬਰ ਕਰ ਰੱਖਿਆ ਜੀ ਉਹ ਗਏ ਨੇ ਕਿਤੇ ਪਿੰਡ ਨਹੀਂ ਗਈ ਤੁਸੀਂ ਪਿੰਡ ਭੇਜ ਕੇ ਰਾਜੇ ਉਹਨੂੰ ਲੈ ਹੋਰ ਉਹਨੂੰ ਪ੍ਰੀਤ ਹੁਣ ਉਰੀ ਰੱਖੀ ਫਿਰ ਬਗ ਜੂਗੀ ਅਗਲੀ ਐਵੇਂ ਥੋੜੀ ਕੱਢਣਾ ਉਹਨੂੰ ਘਰ ਚੋਂ ਉਹ ਫਿਰ ਇੱਕ ਦਿਨ ਹੁੰਦਾ ਉਹ ਕਹਿੰਦੇ ਨਹੀਂ ਹੁੰਦੇ ਵੀ ਇੱਕ ਦਿਨ ਪਹਿਲੇ ਦਿਨ ਪਰਾਉਣਾ ਦੂਜੇ ਦਿਨ ਧਰਾਉਣਾ ਤੀਜੇ ਦਿਨ ਦਾਦੇ ਹੋਣਾ ਹੁਣ ਭੂਆ ਨੂੰ ਮਹੀਨਾ ਹੋ ਗਿਆ ਹੁਣ ਬਗ ਜੇ ਉਹ ਵੀ ਉਰੇ ਬੜੇਵੇਂ ਮੰਗਦੀ ਹੈ ਕੋਈ ਨਾ ਬਗ ਜੂਗੀ ਉਹਨੇ ਸਦਾ ਇੱਥੇ ਨਹੀਂ ਰਹਿਣਾ ਨਾਲੇ ਭੂਆ ਨਾਲ ਨਹੀਂ ਜਵਾਜੀ ਨਾ ਮਾਰਿਆ ਕਰੋ ਉਹਦਾ ਵਿਚਾਰੀ ਪਹਿਲੀ ਦੁਖੀ ਹੈਗੀ ਉਹਨੂੰ ਐ ਬੋਲ ਕੇ ਹੋਰ ਦੁਖੀ ਕਰ ਦਿੰਦਾ ਹੋ ਵਿਚਾਰੀ ਕਿਹੜੇ ਪਾਸੇ ਵਿਚਾਰਾ ਉਹਦਾ ਦੱਸੀ ਮੈਨੂੰ ਮਾੜਾ ਉਹ ਤਾਂ ਵਿਚਾਰੀ ਹੈ ਤੁਸੀਂ ਨਹੀਂ ਹੈਗੇ ਵਿਚਾਰੇ ਤਾਂ ਯਾਰ ਮੇਰੀ ਗੱਲ ਸੁਣ ਲੈ ਮੈਨੂੰ ਤਾਂ ਮਾਂ ਦਾ ਵੀ ਨੀ ਪਤਾ ਵੀ ਫੋਨਾ ਫੋਨ ਆਇਆ ਉਹਦਾ ਬਾਪੂ ਕੀ ਪਤਾ ਕਿੱਥੇ ਬੈਠੀ ਹੈ ਜਾ ਕੇ ਬਾਪੂ ਵੀ ਵੋਟਾਂ ਤੇ ਗਿਆ ਹੋਇਆ ਤੈਨੂੰ ਪਤਾ ਨਹੀਂ ਡਿਊਟੀ ਉਹਦੀ ਉੱਥੇ ਨਹੀਂ ਜਦੋਂ ਮਾਏ ਜਾਣਾ ਦੀ ਬਾਪੂ ਹੀ ਕਰਦਾ ਨਾ ਟਾਈਮ ਹੈ ਕੋਈ 12 ਵਜੇ ਉੱਠ ਕੇ ਵੋਟਾਂ ਤੇ ਜਾਣ ਦਾ ਬਾਪੂ ਤਾਂ ਸਵੇਰੇ 6 ਵਜੇ ਦਾ ਗਿਆ ਹੋਇਆ ਗਲਾ ਬਾਪੂ ਦਾ ਬਿੱਲ ਹੈ ਤੜਕੀ ਵੱਗ ਗਿਆ 6 ਵਜੇ ਮੈਨੂੰ 100 ਕੰਮ ਨੇ ਹੁਣ ਬੰਦੇ ਨੇ ਨੀਂਦ ਵੀ ਪੂਰੀ ਕਰਨੀ ਹੁੰਦੀ ਹੈ ਬਾਕੀ ਉਹਨਾਂ ਨੇ ਮੈਨੂੰ 12 ਵਜੇ ਬੁਲਾਇਆ ਸੀ ਉਹ ਕਹਿੰਦੇ ਤੂੰ 12 ਵਜੇ ਆਈ ਤੇਰਾ ਉਹਦੀ ਕੰਮ ਹੈ ਮੇਨ ਜਾਣਦੀ ਹਾਂ ਮੈਂ ਤੇਰੇ ਕਿਹੜੇ ਮੇਨ ਕੰਮ ਨੇ ਆ ਜਿਹੜਾ ਕੰਮ ਹੈਗਾ ਚੱਜ ਦਾ ਘਰੇ ਉਹ ਤਾਂ ਤੂੰ ਕਰਵਾਏ ਨਹੀਂ ਜਾਂਦਾ ਵੋਟਾਂ 'ਚ ਜਾ ਕੇ ਲੱਲਰ ਲਾਏਗਾ ਕਰੇ ਕੀ ਚੱਜ ਦਾ ਕੰਮ ਹੈ ਮੈਨੂੰ ਦੱਸੀ ਮੈਂ ਕਹੀ ਨਹੀਂ ਮੈਨੂੰ ਏਜੰਟ ਕੋਲੇ ਲੈ ਜਾ ਓਏ ਅੱਜ ਵੋਟਾਂ ਨੇ ਕੋਈ ਨਾ ਕੱਲ ਨੂੰ ਲੈ ਜਾਊਗਾ ਵੋਟਾਂ ਨੇ ਕੱਲ ਨੂੰ ਲੈ ਜਾਊਗਾ ਉਹਨਾਂ ਨੂੰ ਲੈ ਜਾਈ ਤੇਰੇ ਲਾੜ ਲੈਣ ਕੱਲ ਨੂੰ ਕੋਈ ਹੋਰ ਕੰਮ ਨਹੀਂ ਹੋਊਗਾ ਮੈਨੂੰ ਕੱਲ ਨੂੰ ਹੋਰ ਕੰਮ ਤੈਨੂੰ ਕੀ ਕੰਮ ਹੈ ਵਿਹਲੀ ਆ ਦੱਸ ਮੈਂ ਉਰੇ ਵਿਹਲੀ ਤਾਂ ਹੈਗੀ ਨਾਲੇ ਕਿੰਨੇ ਜਾਣਾ ਬਾਹਰ ਮੈਂ ਤੁਹਾਨੂੰ ਦੱਸਤੀ ਗੱਲ ਕਿਤੇ ਜਾਣਾ ਜੂਣਾ ਹੈਗਾ ਹਾਂ ਚੁੱਪ ਕਰਕੇ ਬਹਿ ਜਾ ਜਾਣਾ ਨਹੀਂ ਹੈਗਾ ਕਿਤੇ ਕੁਤੇ ਮੇਰੀ ਗੱਲ ਸੁਣ ਲੈ ਪਰੀ ਤਾਂ ਸੱਚੀ ਹੈ ਨਾ ਭਲਾਈ ਨਾਲ ਕਹਿਣਾ ਤੈਨੂੰ ਪਿਆਰ ਨਾਲ ਕਹਿਣਾ ਵੀ ਕਿਤੇ ਨਹੀਂ ਜਾਣਾ ਹੈਗਾ ਮੈਂ ਵੀ ਪਿਆਰ ਨਾਲ ਕਹਿ ਰਹੀ ਹਾਂ ਵੀ ਮੈਂ ਜਾਣਾ ਹੈਗਾ ਹੁਣ ਤੂੰ ਹੋਰ ਨਹੀਂ ਹੁਣ ਤੂੰ ਕਲੇਸ਼ ਭਾਲਦੀ ਹੁਣ ਮੇਰਾ ਸਾਥ ਨਹੀਂ ਨਾ ਦੇ ਰਹੇ ਹੈਗੇ ਬਾਅਦ ਚ ਮੈਂ ਤੁਹਾਡੇ ਨਾਲ ਖੜ ਜੂਗੀ ਬਾਅਦ ਚ ਓ ਯਾਰ ਖੜਨ ਨੂੰ ਉਹੀ ਗੱਲ ਹੈ ਪਰੀ ਤੂੰ ਤਾਂ ਬੌਲੇ ਵਾਲੀਆਂ ਗੱਲਾਂ ਕਰੀ ਜਾਂਦੀ ਯਾਰ ਤੈਨੂੰ ਮੈਂ ਕਿਵੇਂ ਸਮਝਾਵਾਂ ਸੌਂ ਲੱਗੇ ਜੇ ਤਾਂ ਤਾਰਾਂ ਸਹੀ ਭਿੜ ਜਾਣ ਫਿਰ ਤਾਂ ਹੈਗੀ ਆ ਸਵਰਗ ਜ਼ਿੰਦਗੀ ਜੇ ਤਾਰਾਂ ਗਲਤ ਭਿੜ ਜਾਣ ਫਿਰ ਤਾਂ ਰੋਜ਼ ਫਿਉ ਜੇ ਸੜਿਆ ਰਹਿੰਦਾ ਕੋਈ ਨਾ ਜੇ ਸਹੀ ਸੋਚਾਂਗੇ ਤਾਂ ਸਹੀ ਇਹ ਹੋਊਗਾ ਤਾਰਾਂ ਸਹੀ ਹੀ ਭਿੜਨਗੀਆਂ ਹਾਂ ਸਹੀ ਕਿੱਥੇ ਭਿੜੀਆਂ ਨੇ ਤੂੰ ਤਾਂ ਉਹਨਾਂ ਦੀ ਬੋਲੀ 'ਚ ਬੋਲਦੀ ਐ ਤੂੰ ਕਿਹੜਾ ਮੇਰਾ ਪਿਆਰ ਕਰਦੀ ਚੱਜ ਨਾ ਰਹਿੰਦਾ ਮੇਰੇ ਨਾਲ ਫਿਰ ਪਿਆਰ ਵੀ ਕਰਦੀ ਮੈਂ ਕਿਹੜੇ ਮੂੰਹ ਨਾਲ ਪਿਆਰ ਕਰਾਂ ਮਰਜ਼ੀ ਐ ਮਰਜ਼ੀ ਐ ਜੇ ਜਾ ਕੇ ਆਪਦੇ ਵੋਟਾਂ ਦਾ ਕੰਮ ਕਰ ਲਓ ਤੁਹਾਡੇ ਬਿਨਾਂ ਖੜੀਆਂ ਹੋਣੀਆਂ ਉੱਥੇ ਮੇਰੇ ਬਿਨਾਂ ਤਾਂ ਖੜੀ ਨੇ ਤਾਂ ਹੀ ਫੋਨ ਤੇ ਫੋਨ ਆ ਜਾਂਦੇ ਨੇ ਆ ਲੈ ਦੁਬਾਰੇ ਫੇਰ ਫੋਨ ਆ ਗਿਆ ਆਹੋ ਦੇਖੀ ਕਿਤੇ ਤੇਰੇ ਬਿਨਾਂ ਹਰ ਸਿਮਰਤ ਹਾਰ ਜੇ ਆ ਗਿਆ ਆਉਣਾ ਹਰ ਸਿਮਰਤ ਨਹੀਂ ਹਾਰਦੀ ਅਗਲੀ
ਤੈਨੂੰ ਪਤਾ ਬਠਿੰਡਾ ਸੀਟ ਅਗਲੀ ਦੀ ਪੱਕੀ ਹੈ, ਨਾਲੇ ਉਹਨੇ ਕਿਹੜਾ ਕੋਈ ਮਾੜਾ ਕੰਮ ਕਰਿਆ ਆਪਣੇ ਇਲਾਕੇ ਚ, ਨਾਲੇ ਭੂਆ ਤੇ ਉਹ ਆ ਗਿਆ ਨਾ ਤਾਰੀ ਜਦੋਂ ਉਹਨੂੰ ਕਹਿੰਦੀ ਭੂਆ ਨੂੰ ਵੀ ਪਿੰਡ ਵਗ ਜਾ, ਕੋਈ ਨਾ ਕਹਿ ਦੂੰਗੀ। ਇੰਨੇ ਦਿਨ ਹੋ ਗਏ ਚੰਗਾ ਨੀ ਲੱਗਦਾ, ਆਸ ਗਵਾਂਢ ਕਹਿੰਦੇ ਨੀ ਪਤਾ ਨੀ ਰੁੱਸ ਗਿਆ ਰਹੀ ਹੈ। ਜਾਨਾ ਤੂੰ ਜਿਹੜਾ ਚਾਹ ਪੁੱਛਣੀ ਹੈ ਪੁੱਛਣੀ ਹੈ, ਕਾਫੀ ਨਾ ਪਿਆ ਨਾ ਤੈਨੂੰ ਮੈਂ ਕਿਤੇ। ਇਹ ਬੰਦਾ ਤਾਂ ਨੀ ਬਈ ਸੁਧਰ ਸਕਦਾ ਸਾਰੀ ਉਮਰ, ਇਹ ਤਾਂ ਮੇਰਾ ਵੀ ਜੀਣਾ ਹਰਾਮ ਕੀਤਾ ਪਿਆ। ਵੋਟਾਂ ਜ਼ਰੂਰੀ ਹੋ ਗਈਆਂ, ਆਖੇ ਤੇਰਾ ਕੰਮ ਜ਼ਰੂਰੀ ਨਹੀਂ ਹੈਗਾ, ਕਰਨਾ ਕੀ ਉੱਥੇ ਜਾ ਕੇ ਹੁਣ ਨਸ਼ੇ ਡੱਫੇ ਆਊਗਾ ਕਿਸੇ ਨਾਲ। ਆ ਗਈ ਜੋੜੀ ਕਾਲੇ ਨਾਗਾਂ ਦੀ, ਹੁਣ ਤੂੰ ਤੁਰ ਪਾ ਮੇਰਾ ਵੀਰਾ ਘਰੀ ਬਹਿ ਜਾ, ਕਦਰੇ ਨੀ ਤੇਰੇ ਨਾਲ ਜਿੱਤਣ ਲੱਗਿਆ, ਕਦਰੇ ਨੀ ਹਾਰਨ ਲੱਗਿਆ। ਮੈਨੂੰ ਬੋਲੀ ਚੱਲ ਅੰਦਰ ਆ ਜਾ ਅੰਦਰ ਚੱਲੀ ਆ ਅੰਦਰ ਚੱਲੀ ਅੰਦਰ ਕਾਨੂੰ ਮੈਂ ਹੁਣ ਇੱਥੇ ਬੈਠਾ ਇੱਥੇ ਕਿਸੇ ਨਾਲ ਹੋਰ ਪੰਗੇ ਲਊ ਇਹ ਜਾਨਾ ਮੈਂ ਤਾਂ ਵੋਟਾਂ ਚ ਹਾਂ ਜਾਨਾ ਤੂੰ ਤੂੰ ਜਾਏਗਾ ਉੱਥੇ ਵੋਟਾਂ ਤਾਂ ਤੇਰੇ ਬਿਨਾਂ ਹੀ ਨਹੀਂ ਪੈਣੀਆਂ ਹੈਗੀਆਂ ਸੱਚ ਉਹ ਨਹੀਂ ਹੋਇਆ ਗਏ ਨਹੀਂ ਹੈਗੇ ਉਧਰ ਕਿੱਧਰ ਆ ਉਹ ਤੇਰੀ ਮਸ਼ੂਕ ਕਣੀ ਮੈਂ ਮੇਰੇ ਸਾਲੇ ਦੇ ਕਿਸਾਰ ਤੇ ਉਹਨੂੰ ਬੋਲਣ ਤੋਂ ਪਹਿਲਾਂ ਦੇਖ ਲਿਆ ਕਰ ਬੇ ਪੁੱਤ ਇਹਨੂੰ ਹੈ ਨਹੀਂ ਅਕਲ ਬੋਲਣ ਦੀ ਚਲ ਇਹਦੇ ਨਾਲ ਅੰਦਰ ਹੀ ਆ ਜਾ ਗੱਲ ਹੀ ਨਾ ਕਰ ਹਾਂ ਹੁਣ ਇੱਥੇ ਬੈਠਾ ਰਹੀ ਚੰਗਾ ਧੁੱਪ ਚ ਚੱਲ ਪੁੱਤ ਆ ਜਾ ਪਤਾ ਤਾਂ ਕਰ ਲਾਂਦੇ ਉਹਦਾ ਵੀ ਕਿੱਧਰ ਬਾਗੀ ਹੁਣ ਨੀ ਆਉਂਦੀ ਉਹ ਮੁੜ ਕੇ ਪਰ ਤੈਨੂੰ ਕਾਹਦੀ ਸੋਚ ਹੈ ਬਾਈ ਕਾਹਦਾ ਫਿਕਰ ਲੱਗ ਗਿਆ ਤੂੰ ਉਹੀ ਝੋਰਾ ਕਰੀ ਜਾਂਦਾਗਾ ਉਹ ਸੋਚਦਾ ਹੁੰਦੀ ਆ ਹੁਣ ਤਿਆਰ ਦੀ ਤੇਰਾ ਐ ਫਿਰ ਹੁਣ ਛੋਟਾ ਭਾਈ ਹੈ ਚੱਲ ਤੈਨੂੰ ਤਾਂ ਨਹੀਂ ਅਕਲ ਬੋਲਣ ਦੀ ਤੈਨੂੰ ਤਾਂ ਬਹੁਤ ਹੈ ਤੈਨੂੰ ਤਾਂ ਬਹੁਤ ਹੈ ਅਕਲ ਬੋਲਣ ਦੀ ਤੂੰ ਕੁਆ ਪਿੰਡ ਬਾਜਾ ਜੇ ਸੱਚੀਆਂ ਮੁਫੜ ਦਾ ਫੋਨ ਆਇਆ ਸੀ ਬਾਗੀ ਜੀ ਨੇ ਸੁਣ ਲੈ ਮੈਂ ਪਿੰਡ ਉਹਨਾਂ ਚਿਰ ਨਹੀਂ ਜਾਂਦੀ ਜਿੰਨਾ ਚਿਰ ਤੈਨੂੰ ਘਰੋਂ ਨਹੀਂ ਕਢਾਉਂਦੀ ਸਮਝ ਗਿਆ ਗੱਲ ਮੇਰੀ ਮੈਨੂੰ ਘਰੋਂ ਕਢਾਉਣ ਨੂੰ ਮੈਂ ਤੈਨੂੰ ਕੀ ਕਿਹਾ ਸਾਰਾ ਦਿਨ ਹੀ ਭੌਂਕੀ ਜਾਂਦਾ ਭੌਂਕਣ ਨੂੰ ਫਿਰ ਹੁਣ ਬੰਦਾ ਦੋ ਚਾਰ ਦਿਨ ਆਉਂਦਾ ਹੁੰਦਾ ਪੇਕੇ ਹਾਂ ਤੂੰ ਤਾਂ ਉਹਦੇ ਡੇਰੇ ਹੀ ਲਾ ਕੇ ਬਹਿ ਗਈ ਮੈਂ ਤਾਂ ਡੇਰਾ ਲਾਉਂਗੀ ਹੱਕ ਦੀ ਗੱਲ ਕਰੀਏ ਹੈ ਜੇ ਹੱਕ ਦੀ ਗੱਲ ਕਰਦੀ ਫਿਰ ਮੈਂ ਤੇਰੀ ਸਾਈਡ ਵੀ ਲੈਂਦਾ ਮੇਰੀ ਗੱਲ ਸੁਣ ਲੈ ਮੈਂ ਤਾਂ ਹੱਕ ਦੀ ਗੱਲ ਕਰੀ ਆ ਰੱਬ ਲੱਗਦੀ ਜਿਹੜੀ ਗੱਲ ਸਹੀ ਆ ਭਾਈ ਉਹ ਤੋਂ ਮੈਂ ਮੁੱਕਰਦੀ ਨੀ ਪੁੱਠਾ ਕੰਮ ਮੈਂ ਕੋਈ ਕਰਨ ਨੀ ਦਿੰਦੀ ਪੁੱਠੇ ਕੰਮ ਤਾਂ ਕਰਦੀ ਐ ਆ ਵਿਆਹ ਕਰਾਉਂਦੀ ਫਿਰਦੀ ਐ ਪੁੱਠਾ ਕੰਮ ਨਹੀਂ ਹੈ ਇਹਦਾ ਮੁੰਡੇ ਦਾ ਘਰ ਨਹੀਂ ਵਸਾਉਣਾ ਘਰ ਨਹੀਂ ਵਸਾਉਣਾ ਇਹ ਵਸਾਇਆ ਕਰਦੇ ਘਰ ਕਿਸੇ ਨਾਲ ਤਾਂ ਵਿਆਹ ਕਰਾਊਗਾ ਹੀ ਜਿਹੜੀ ਸਾਨੂੰ ਕੁੜੀ ਚੰਗੀ ਲੱਗੀ ਅਸੀਂ ਵਿਆਹ ਕਰਾ ਦਾਂਗੇ ਉਹਦੇ ਨਾਲ ਤੁਸੀਂ ਕੋਈ ਚਾਰ ਰਿਸ਼ਤੇਦਾਰਾਂ ਨੂੰ ਕਹੋ ਅਗਲਾ ਰਿਸ਼ਤਾ ਭਾਲੂਗਾ ਹੈ ਰਿਸ਼ਤੇਦਾਰ ਤਾਂ ਸਾਰੇ ਤੇਰੇ ਕਰਕੇ ਟੁੱਟੇ ਪਏ ਨੇ ਸਾਡੇ ਨਾਲ ਮੇਰੇ ਕਰਕੇ ਕਾਹਨੂੰ ਟੁੱਟੇ ਪਏ ਨੇ ਤੇਰੇ ਕਰਕੇ ਟੁੱਟੇ ਪਏ ਨੇ ਜਦੋਂ ਆਉਂਦੇ ਨੂੰ ਕਿਸੇ ਨੂੰ ਮੂੰਹ ਨਹੀਂ ਬੋਲਦਾ ਪੁੱਠਾ ਬੋਲਦਾ ਅਗਲਾ ਕੋਈ ਧਰਦਾ ਪੈਰ ਤੁਹਾਡੇ
ਆਏ ਕਰ ਫਿਰ ਤੇਰੇ ਮਾਮੇ ਨੂੰ ਕਹਿ ਦੇ, ਤੇਰੀ ਮਾਂ ਗਈ ਹੋਈ ਹੈ ਨਾ ਉਹਨੂੰ ਕਰ ਦੇ ਫੋਨ। ਮੈਂ ਕਿਉਂ ਕਰਾਂ ਕਿਸੇ ਨੂੰ ਫੋਨ? ਅੱਜ ਤਾਂ ਕੱਲੀ ਜਾਨ ਹੈ ਆਪਦੀ ਜਾਨ ਦੀ, ਸੈਂਸੇ ਹੋ ਜਾਣੇ। ਫਿਰ ਮੈਂ ਉਹੀ ਕਹਿਣੀ ਹੈ ਤੂੰ ਆਪਦੀ ਜਾਨ ਦੇ ਧਿਆਨ ਰੱਖਿਆ ਕਰ, ਗਾਹਾਂ ਨਾ ਵਧਿਆ ਕਰ। ਬਸ ਫਿਰ ਠੀਕ ਹੈ, ਮੇਰੇ ਘਰ 'ਚ ਦਾਖਲ ਅੰਦਾਜ਼ੀ ਦੇਣ ਦੀ ਲੋੜ ਨਹੀਂ। ਜੰਮ ਮੁੱਕਿਆ ਨਹੀਂ, ਘਰ ਆ ਗਿਆ ਇਹਦਾ, ਜਾ ਆ ਗਿਆ ਨਾਲੇ ਸਾਰਤੀਆਂ ਨੇ ਹਵੇਲੀਆਂ। ਹਾਂ ਠੀਕ ਹੈ, ਕੋਈ ਗੱਲ ਨਹੀਂ, ਇੱਥੇ ਕਿਸੇ ਦਾ ਕੋਈ ਗੁਣ ਸਾਨ ਨਹੀਂ ਹੈਗਾ। ਮੈਨੂੰ ਐ ਦੱਸੀ ਕੀ ਕਮਾਈ ਕਰਦਾ ਵੀ ਤੂੰ? ਕਿਉਂ ਕਮਾਈ ਕਿਹਨੂੰ ਕਰੀਆ, ਘਰ ਮੈਂ ਹੀ ਪਾਇਆ। ਹਾਂ ਤੈ ਪਾਇਆ ਘਰ, ਮਾਰਦਾ ਗੱਲਾਂ। ਹਾਂ ਮਾਰਦਾ ਗੱਲਾਂ ਨਾਲੇ ਹੋਰ। ਭੂਆ ਜੇ ਤੂੰ ਚੰਗੀ ਰਹਿਣਾ ਤੂੰ ਆਪਦਾ ਘਰ ਪਸਾ ਲੈ ਜਾ। ਮੇਰੀ ਮੇਰੀ ਗੱਲ ਇੱਕ ਸੁਣ ਲੈ, ਜਿੱਦੇ ਤੂੰ ਅੱਡ ਹੋ ਕੇ ਆਪਦਾ ਨਵਾਂ ਘਰ ਪਾ ਲਿਆ, ਠੀਕ ਹੈ, ਆਪਦੇ ਹੱਥੀ। ਹਾਂ ਮੈਂ ਪਾਇਆ ਆਪਦੇ ਹੱਥੀ, ਤੂੰ ਕੋਈ ਚੈੱਕ ਨਹੀਂ ਭੇਜੇ। ਮੇਰੀ ਗੱਲ ਸੁਣ ਲੈ, ਮੈਂ ਉਹਦੇ ਚ ਪੈਰ ਨਹੀਂ ਧਰਦੀ, ਚੈੱਕ ਤੈਨੂੰ ਮੈਂ ਦੇ ਨਾ ਦੇਵਾਂ। ਹਾਂ ਮੇਰਾ, ਮੇਰੀ ਆਪਦੀ ਖੂਨ ਪਸੀਨੇ ਦੀ ਕਮਾਈ ਦਾ ਪਾਇਆ ਹੋਇਆ ਘਰ ਹੈ, ਮੇਰੇ ਭਾਈ ਦਾ ਪਾਇਆ ਘਰ ਇਹ। ਭਾਈ ਦਾ ਪਾਇਆ, ਭਾਈ ਨੇ ਤਾਂ ਤੇਰੇ ਨੇ ਬਥੇਰੇ ਨੱਕੇ ਮੋੜੇ ਨੇ ਨਾ। ਅੱਛਾ, ਉਹਦਾ ਤਾਂ ਘਰ ਹਾਲੇ ਤੱਕ ਬਣਿਆ ਨਹੀਂ, ਥੋੜਾ ਬਣ ਗਿਆ। ਉਹ ਤਾਂ ਅੱਡੇ ਤੇ ਤਾਂ ਸੀ ਸਮਝਦਾ ਇਕੱਲਾ। ਹਾਂ ਸਮਝਦਾ, ਤਾਂ ਤੈਥੋਂ ਨਸ਼ਾ ਸਮਝਦਾ ਇਕੱਲਾ, ਨਸ਼ਾ ਸਮਝਦਾ। ਮੈਂ ਇੱਕ ਕਾਰਡ ਲਾ ਕੇ ਕੰਮ ਦਾ ਕਰਦਾ ਕਰਦਾ ਕੰਮ ਦੀ, ਉਹ ਨਾਲੇ ਕਹਿੰਦਾ ਭੁੱਕੀ ਖਾ ਜਾਂਦਾ ਨਾਲੇ ਤਾਂਸ ਖੇਡਦਾ। 12 ਵਜੇ ਤੱਕ ਤੇ ਉੱਠਿਆ ਨਹੀਂ ਜਾਂਦਾ ਹੈਗਾ, ਫੇਰ ਬਸ ਕਦੇ ਉਹਦੇ ਨਾਲ ਸਿੰਘ ਪਸਾਰੇ, ਕਦੇ ਉਹਦੇ ਨਾਲ। ਤੂੰ ਆ ਬੰਨੇ ਤੇਰੇ ਮੂਹਰੇ ਹੱਥ ਵਗ ਜਾ ਬਈ। ਮੇਰੀ ਗੱਲ ਸੁਣ ਲੈ, ਮੇਰੇ ਮੂਹਰੇ ਹੱਥ ਜੇ ਨਾ ਬੰਨਿਆ ਕਰ, ਮੈਂ ਤੇਰਾ ਮੂੰਹ ਹੀ ਮੂੰਹ ਰੰਗ ਦੂੰ। ਹਾਂ ਮੂੰਹ ਮੂੰਹ ਰੰਗ ਦੂੰ ਨਾਲੇ, ਹੋਰ ਜ਼ਿਆਦੇ ਬੋਲਣ ਕਿ ਜਾਏਗਾ। ਬਸ ਫੇਰ ਠੀਕ ਹੈ, ਤੂੰ ਆਪਦੇ ਪਿੰਡ ਵਗ ਜਾ ਬਈ। ਮੈਂ ਤਾਂ ਜਾਂਦੀ ਨਹੀਂ। ਜੇ ਭੂਆ ਮੈਂ ਫੋਨ ਕਰਤਾ ਨਾ ਤੇਰੀਆਂ ਨੂੰਹਾਂ ਨੂੰ, ਫਿਰ ਕਹੇਗੀ ਮੇਰੀ ਬੇਇੱਜ਼ਤੀ ਕਰਦਾ। ਆਪਦੀ ਇੱਜ਼ਤ ਆਪਦੇ ਹੱਥ ਹੁੰਦੀ ਹੈ, ਬਾਈ ਬਣ ਕੇ ਤੂੰ ਵਗ ਜਾ, ਉਹਨੂੰ ਚੰਗੀ ਰਹੇਗੀ। ਨਾ ਨੂੰਹਾਂ ਨੇ ਧਮਕੀਆਂ ਮੈਨੂੰ ਕੀ ਦਿੰਦਾ, ਮੇਰੀ ਗੱਲ ਸੁਣ ਲੈ, ਨੂੰਹਾਂ ਨੂੰ ਛੱਡ ਤੂੰ ਉਹਨਾਂ ਦੇ ਪੇਕਿਆਂ ਨੂੰ ਕਰਦੇ ਫੋਨ, ਮੈਨੂੰ ਤਾਂ ਨੀ ਕਿਸਦਾ ਡਰ ਮਾਰਿਆ, ਮੈਂ ਕੋਈ ਫਿਰ ਬਦਨਾਮੀ ਨੀ ਖੱਟੀ ਹੈਗੀ ਤੇਰੇ ਵਾਂਗੂ, ਸਾਰੇ ਪਿੰਡ ਚ ਉਡੋ ਉਡੋ ਕਰਾਈ ਹੋਈ ਹੈ ਤੈ ਤਾਂ। ਤੇਰੀ ਪਤਾ ਕਾਹਦੀ ਨੀ ਬਣਦੀ, ਤੇਰੀ ਤਾਂ ਹੀ ਨੀ ਬਣਦੀ, ਤੂੰ ਆਪਦੇ ਸਿੰਘ ਫਸਾਉਣੀ ਹੈ ਸਾਰਾ ਦਿਨ, ਐਂ ਕਹਿੰਦੀ ਆ ਵੀ ਮੇਰੀ ਚੱਲੇ। ਹਾਂ ਤਾਂ ਹੀ ਤਾਂ ਖੌਂਸੜੇ ਖਾਨੀ ਆ ਉੱਥੋਂ। ਮੈਂ ਤਾਂ ਤੂੰ ਨਾ ਖਾਲੀ ਖੌਂਸੜੇ, ਮੇਰੀ ਗੱਲ ਸੁਣ ਲੈ ਭੂਆ, ਆ ਬੰਨੇ ਤੇਰੇ ਮੂਹਰੇ ਹੱਥ ਹਾੜੇ ਹਾੜੇ ਸਾਡੇ ਘਰੇ ਕਲੇਸ਼ ਨਾ ਪਵਾ, ਤੂੰ ਵਗ ਜਾ ਉਹ। ਤੇਰੇ ਨਾਲ ਤਾਂ ਨਾ ਮੈਂ ਬੋਲ ਕੇ ਨਹੀਂ ਰਾਜੀ, ਤੂੰ ਤਾਂ ਕੁੱਤਾ, ਤੇਰੇ ਨਾਲ ਤਾਂ ਕਿੰਨਾ ਮਰਜ਼ੀ ਪਕਾਈ ਮਾਰੀ ਜਾ ਓਨਾ ਵਧੀ ਜਾਣਾ, ਬੇਸ਼ਰਮ ਨਾ ਹੋਵੇ ਕਿਸੇ ਥਾਂ ਦਾ, ਬੇਸ਼ਰਮ ਨਾ ਹੋਵੇ ਨਾਲੇ ਹੋਰ। ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਭੂਆ ਨੂੰ ਸ਼ਰਮ ਕਾਹਦੀ ਨਹੀਂ ਆਉਂਦੀ, ਵੀ ਬੰਦੇ ਨੂੰ ਮਾੜੀ ਮੋਟੀ ਸ਼ਰਮ ਆਉਂਦੀ ਹੈ ਵੀ ਤੂੰ ਵਗ ਜਾ, ਜਿੱਦੇ ਗੁੱਸਾ ਚੜ ਗਿਆ ਨਾ ਸੌਂ ਲੱਗੇ, ਜਿਵੇਂ ਮੈਂ ਇਸ ਨੂੰ ਪਾ ਕੇ ਹੱਡਾ ਰੂੜੀ 'ਚ ਡੇਕ ਕੇ ਆਉਂਦੇ ਨੇ, ਕਦੇ ਰੇੜੀ 'ਤੇ ਪਾ ਕੇ ਐਂ ਡੇਕ ਆਉਂ, ਕਿੱਥੇ ਮੂਡ ਖਰਾਬ ਕਰਤਾ, ਵੋਟਾਂ ਜਾਣ ਦਾ ਐਡਾ ਮੂਡ 'ਤੇ ਛੱਡ ਦੇ ਗੱਲਾਂ, ਹੁਣ ਸੜੇ ਹੋਏ ਮੂਡ ਨਾਲ ਜਾਣਾ ਪਊ।